ਦੇਸ਼ ਦੁਨੀਆਂ ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਜੀ ਭਾਸਕਰ ਜੀ ਔਰ ਇੰਦਰਪ੍ਰੀਤ ਜੀ। ਜੀ ਆਇਆਂ ਜੀ, ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਪੰਜਾਬ ਦਹਾਕਿਆਂ ਤੋਂ ਔਜੜੇ ਪਿਆ, ਇਹਦੇ ਕਾਲੇ ਬੋਲੇ ਪੈਂਡੇ ਮੁੱਕਣ ਦਾ ਨਾਂ ਨਹੀਂ ਲੈਂਦੇ। ਲੰਘੇ ਦਿਨਾਂ ਚ ਮੁੱਖ ਮੰਤਰੀ ਦਾਅਵਾ ਕਰਦੇ ਰਹੇ ਕਿ ਸਾਡੇ ਕੋਲ ਬਹੁਤ ਸਾਰੀ ਇਨਵੈਸਟਮੈਂਟ, ਬਹੁਤ ਸਾਰਾ ਪੈਸਾ ਲੱਗ ਰਿਹਾ, ਵੱਡੇ ਯੂਨਿਟ ਲੱਗ ਰਹੇ ਆ, ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਇਸਪਾਤ ਦਾ ਕਾਰਖਾਨਾ ਵੀ ਇੱਥੇ ਲੱਗ ਰਿਹਾ, ਰੁਜ਼ਗਾਰ ਅਸੀਂ ਧੜਾ ਧੜ ਦੇ ਰਹੇ ਹਾਂ। ਪਰ ਇੱਕ ਰਿਪੋਰਟ, ਕੁਝ ਤੱਥ ਇਹਨਾਂ ਅੰਕੜਿਆਂ ਨੂੰ ਦਰੁਸਤ ਨਹੀਂ ਮੰਨਦੇ। ਪੰਜਾਬ ਦੇ ਵਿੱਚ ਇਨਵੈਸਟਮੈਂਟ ਡਿੱਗੀ ਆ, ਕਿਉਂ ਡਿੱਗੀ ਆ, ਕੀ ਕਾਰਨ ਦੱਸੇ ਗਏ ਨੇ, ਉਹਦੇ ਤੇ ਜਾਣੇ ਆ। ਕੀ ਇਹ ਰਿਪੋਰਟ ਪਿਛਲੇ ਆਲਾ ਲੋਕ ਝੂਠ ਬੋਲ ਰਹੇ ਆ ਜਾਂ ਸਾਡੇ ਮੁੱਖ ਮੰਤਰੀ ਸਾਹਿਬ ਗਲਤ ਬਿਆਨੀ ਕਰ ਰਹੇ ਆ? ਇਸ ਵੇਲੇ ਸਵਾਲ ਕਾਫੀ ਅਹਿਮ ਆ ਕਿ ਰੁਜ਼ਗਾਰ ਦੇ ਨਾਂ ਤੇ, ਇਨਵੈਸਟਮੈਂਟ ਦੇ ਨਾਂ ਤੇ, ਪੰਜਾਬ ਦੇ ਵਿੱਚ ਅਮਨ ਕਾਨੂੰਨ ਦੇ ਨਾਂ ਤੇ, ਵੱਖ ਵੱਖ ਮਾਮਲਿਆਂ ਦੇ ਵਿੱਚ ਅਸੀਂ ਕਿੱਥੇ ਕੁ ਖੜੇ ਆ? ਇਹਦੇ ਵਿੱਚ ਆਪਾਂ ਵਿਰੋਧੀ ਦਾਅਵੇ ਨੇ ਤੇ ਸੱਚ ਲੋਕ ਭੁਗਤ ਰਹੇ ਨੇ। ਅੱਜ ਪੰਜਾਬ ਦੇ ਵਿੱਚ ਬਿਜਲੀ ਸਪਲਾਈ ਨੂੰ ਲੈ ਕੇ ਕਾਫੀ ਖਸਤਾ ਹਾਲ ਚ ਅਸੀਂ, ਦਾਅਵੇ ਸਾਡੇ ਇੱਥੇ ਵੀ ਸਰਪਲਸ ਹੋਣ ਦੇ ਆ। ਕਾਫੀ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨਾਲ ਸਵੇਰੇ ਸਵੇਰੇ ਮੂੰਹ ਘਸੈਲਾ ਜ਼ਰੂਰ ਹੁੰਦਾ, ਪਰ ਇਹ ਬੋਲਣ ਤੋਂ ਬਿਨਾਂ ਗੁਜ਼ਾਰਾ ਨਹੀਂ। ਦੂਜਾ ਮਾਮਲਾ ਸਾਡੇ ਕੋਲ ਸਿਆਸਤ ਨਾਲ ਜੁੜਿਆ ਕਿ ਸਿਆਸੀ ਸਫਾਂ ਦੇ ਵਿੱਚ ਵਿਦਿਨ ਦਾ ਪਾਰਟੀਆਂ ਦੇ ਅੰਦਰ ਜਿਹੜਾ ਘਮਸਾਨ ਮੱਚਿਆ ਹੋਇਆ, ਉਹਦੇ ਵਿੱਚ ਕਾਂਗਰਸ ਨੰਬਰ 1 ਤੇ ਆ। ਕਾਂਗਰਸ ਦੀ 21 ਤਰੀਕ ਬੜੀ ਅਹਿਮ ਆ, ਮੋਗੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਰੈਲੀ ਰੱਖਣ ਤੋਂ ਬਾਅਦ ਕਾਫੀ ਮੁਸ਼ਕਲ ਚ ਫਸੇ ਹੋਏ ਆ। ਸਥਾਨਕ ਲੀਡਰ ਇੱਕ ਦੂਜੇ ਦੇ ਸਾਹਮਣੇ ਆ ਤੇ ਉੱਪਰਲੀ ਲੀਡਰਸ਼ਿਪ ਇਹ ਦੇਖ ਰਹੀ ਆ ਸ਼ਿਸ਼ਤ ਲਾ ਕੇ ਕਿ ਇਹਦੇ ਵਿੱਚੋਂ ਅਸੀਂ ਕਿਸ ਤਰ੍ਹਾਂ ਦੀ ਸਿਆਸਤ ਸਾਧਣੀ ਆ। ਪ੍ਰਦੇਸ਼ ਪ੍ਰਧਾਨ ਔਰ ਨਵਜੋਤ ਸਿੰਘ ਸਿੱਧੂ ਇੱਕ ਦੂਜੇ ਵੱਲ ਬਿਲਕੁਲ ਟਿਕਟਕੀ ਲਾ ਕੇ ਬੈਠੇ ਆ ਕਿ ਹੁਣ ਵੇਖਦੇ ਅੱਗੇ ਕੀ ਹੁੰਦਾ ਹੈ। ਇਸ ਰਾਜਨੀਤੀ ਵਿੱਚੋਂ ਪੰਜਾਬ ਦੀ ਰਾਜਨੀਤੀ ਨੂੰ ਕੱਢਣ ਪਾਉਣ ਵਾਸਤੇ ਕੀ ਆ, ਇਹਦੇ ਤੇ ਜਾਣੇ ਆ। ਅਰਵਿੰਦ ਕੇਜਰੀਵਾਲ ਨੂੰ ਜਦੋਂ ਚੌਥਾ ਸੰਮਨ ਜਾਂਦਾ ਹੈ ਤੇ ਲੋਕ ਸਵਾਲ ਖੜੇ ਕਰਨ ਲੱਗਦੇ ਆ, ਸਿਆਸੀ ਪੰਡਿਤ ਇਹ ਸਮਝਣ ਦਾ ਯਤਨ ਕਰਦੇ ਆ ਕਿ ਕੀ ਇਹ ਨੂਰਾ ਕੁਸ਼ਤੀ ਤਾਂ ਨਹੀਂ। ਭਾਸਕਰ ਸਾਹਿਬ ਦੀ ਇੱਕ ਡਾਇਰੈਕਟਰ ਪੱਧਰ ਦੇ ਅਧਿਕਾਰੀ ਨਾਲ ਈਡੀ ਦੇ ਨਾਲ ਗੱਲਬਾਤ ਹੁੰਦੀ ਆ ਕਿ ਆਖਿਰ ਤੀਜੇ ਤੋਂ ਬਾਅਦ ਚੌਥਾ, ਚੌਥੇ ਤੋਂ ਬਾਅਦ ਪੰਜਵਾਂ, ਇਹ ਸਿਲਸਿਲਾ ਕਦੋਂ ਤੱਕ? ਕੇਜਰੀਵਾਲ ਸਾਹਿਬ ਦੇ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਲਈ ਈਡੀ ਪਾਬੰਦ ਹੈ, ਉਹਨੂੰ ਦੇਣਾ ਬਣਦਾ ਹੈ, ਉਹ ਦੇਊਗੀ, ਉਹ ਕਿਉਂ ਨਹੀਂ ਦੇ ਰਹੀ, ਇਹ ਸਾਰੇ ਸਵਾਲ ਵੀ ਐਡਰੈਸ ਕਰਦੇ ਆ। ਔਰ ਆਖਿਰ ਦੇ ਵਿੱਚ ਇਹ ਡੰਗ ਟਪਾਉਣਾ, ਇਹ ਈਵੈਂਟ ਬਣਾਉਣਾ, ਇਹ ਖਬਰ ਅੱਗੇ ਵਧਣੀ, ਇਹ ਰੌਲੇ ਇਹਨਾਂ ਨੂੰ ਕਿਵੇਂ ਪ੍ਰਭਾਸ਼ਿਤ ਕਰਾਂਗੇ? ਕੇਜਰੀਵਾਲ ਦੀ ਪੋਲਿਟਿਕਸ ਪਿਛਲੇ ਦਿਨਾਂ ਦੇ ਵਿੱਚ ਕਾਫੀ ਖਿੰਡੀ ਪੁੰਡੀ ਰਹੀ ਆ। ਇਹਨਾਂ ਨੂੰ 4-5 ਰਾਜਾਂ ਦੇ ਵਿੱਚੋਂ 3 ਚ ਇਲੈਕਸ਼ਨ ਲੜ ਕੇ ਕੁਝ ਹਾਸਲ ਨਹੀਂ ਹੋਇਆ। ਹਰਿਆਣੇ ਚੋਂ ਇਹਨਾਂ ਦੇ ਵੱਡੇ ਆਗੂ ਪਾਸੇ ਚਲੇ ਗਏ ਆ। ਹੁਣ ਸਵਾਲ ਸਭ ਤੋਂ ਅਹਿਮ ਆ ਕਿ ਪੰਜਾਬ ਦੇ ਵਿੱਚ ਸਿਆਸਤ ਦੇ ਨਾਂ ਤੇ, ਲੀਡਰਸ਼ਿਪ ਦੇ ਨਾਂ ਤੇ ਕੀ ਕੁਝ ਆ, ਸਵਾਏ ਮੁੱਖ ਮੰਤਰੀ ਪਾਰਟੀ ਕਨਵੀਨਰ ਤੇ ਹੋਰ ਹੈ ਕੀ ਆ? ਇੱਥੇ ਕਿਸੇ ਨਾਲ ਗੱਲ ਕਰਨੀ ਹੋਵੇ ਬੰਦਾ ਕਿਹਦੇ ਨਾਲ ਕਰੇ? ਇਹ ਸਵਾਲ ਅੱਜ ਕੱਲ ਕਾਫੀ ਵੱਡੇ ਨੇ। ਲੇਕਿਨ ਅਕਾਲੀ ਦਲ ਵੀ ਇਹ ਤੋਂ ਅਛੂਤਾ ਨਹੀਂ ਹੈ। ਅਕਾਲੀ ਸਫਾਂ ਦੇ ਵਿੱਚ ਵੀ ਇਹ ਰੌਲੇ ਕਾਫੀ ਵੱਡੇ ਆ। ਕੱਲ ਮੁੱਖ ਮੰਤਰੀ ਨੇ ਸਵਾਲ ਕੀਤਾ ਸੀਗਾ ਕਿ ਸਾਡੇ ਲਈ ਹੋਰ, ਦੂਜਿਆਂ ਲਈ ਹੋਰ, ਤੀਜਿਆਂ ਲਈ ਹੋਰ, ਦੋਹਰੇ ਮਾਪਦੰਡ ਕਿਉਂ? ਧਾਰਮਿਕ ਖੇਤਰ ਦੇ ਵਿੱਚ ਕੋਈ ਗੱਲ ਕਰਦੇ ਤੁਸੀਂ ਉਹਨੂੰ ਬੁਰੇ ਦੇ ਘਰ ਤੱਕ ਘਸੀਟਦੇ ਹੋ, ਤੁਸੀਂ ਆਪ ਕਰਦੇ ਹੋ ਤਾਂ ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ, ਉਹਨੂੰ ਲਾਈਟਲੀ ਲਿਆ ਜਾਂਦਾ। ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕਾਫੀ ਸਵਾਲ ਕੀਤੇ ਆ। ਜਲੰਧਰੋਂ ਸ਼ਬਦੀ ਇੱਕ ਅਖਬਾਰ ਲਿਖਦੀ ਆ ਕਿ ਪਟਨਾ ਸਾਹਿਬ ਦੇ ਸਮਾਗਮਾਂ 'ਚ ਇਸ ਵਾਰੀ ਸ਼੍ਰੋਮਣੀ ਕਮੇਟੀ ਔਰ ਧਾਰਮਿਕ ਖੇਤਰ ਦੇ ਲੋਕ ਨਹੀਂ ਗਏ, ਆਖਿਰ ਕਿਉਂ ਨਹੀਂ ਗਏ? ਇਸੇ ਤਰੀਕੇ ਨਾਲ ਮਰਹੂਮ ਜਥੇਦਾਰ ਕੌਂਕੇ ਦੇ ਮਾਮਲੇ 'ਚ ਜਿਹੜੀਆਂ ਪੰਥਕ ਸਭਾ ਨੇ ਉਹਨਾਂ ਨੇ ਇੱਕ ਮੀਟਿੰਗ ਕਾਲ ਕੀਤੀ ਹੋਈ ਸੀ, ਇੱਕ ਕਮੇਟੀ ਵੱਡੀ ਬਣਾਤੀ ਆ, ਫਰਵਰੀ ਮਹੀਨੇ ਦੇ ਵਿੱਚ ਵੱਡਾ ਇਕੱਠ ਸੱਦਣ ਦਾ ਮਨ ਹੈ, ਮਾਰਚ ਕਰਨ ਲੱਗੇ ਆ। ਇਹ ਮਾਮਲਾ ਵੀ ਅਕਾਲੀ ਦਲ ਲਈ ਕਾਫੀ
ਔਖਾ ਬਣਿਆ ਪਿਆ ਤੇ ਆਖਰ ਦੇ ਵਿੱਚ ਅਸੀਂ ਜਾਵਾਂਗੇ ਨੈਸ਼ਨਲ ਪੋਲਿਟਿਕਸ ਤੇ ਕਿਸਾਨੀ ਤੇ। ਕਿੰਨੂਆਂ ਦੀ ਸਥਿਤੀ ਖਰਾਬ ਹੋਊਗੀ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ, ਅਫਸਰਸ਼ਾਹੀ ਕੰਨ ਨਹੀਂ ਧਰ ਰਹੀ, ਵੱਡੇ ਅਧਿਕਾਰੀਆਂ ਨੂੰ ਜਦੋਂ ਨੌਕਰੋ ਕੋਈ ਛੁੱਟੀ ਤੇ ਆ ਕੋਈ ਕਿਤੇ ਆ, ਸਰਕਾਰ ਆਖਿਰ ਕਰ ਕੀ ਰਹੀ ਆ, ਫੈਸਲੇ ਲੈਣੇ ਕਿੰਨੇ ਹੁੰਦੇ ਆ, ਸਾਰੀਆਂ ਗੱਲਾਂ ਤੇ ਚੱਲਦੇ ਹਾਂ। ਇੰਦਰਪ੍ਰੀਤ ਜੀ ਮੈਂ ਸਭ ਤੋਂ ਪਹਿਲਾਂ ਜੇ ਸ਼ੁਰੂਆਤ ਕਰਾਂ ਤੇ ਪੰਜਾਬ ਦੇ ਵਿੱਚ ਇਨਵੈਸਟਮੈਂਟ ਬਾਹਰੋਂ ਕਿੰਨੀ ਆਉਂਦੀ ਆ, ਇੰਡਸਟਰੀ ਕਿੰਨੀ ਲੱਗਦੀ ਆ, ਇਹਦਾ ਸਿੱਧਾ ਸੰਬੰਧ ਇੱਥੋਂ ਦੇ ਰੁਜ਼ਗਾਰ ਤੇ ਅਸਾਸਿਆਂ ਨਾਲ, ਇੱਥੋਂ ਦੀ ਇਨਕਮ ਨਾਲ ਹੁੰਦਾ ਹੈ। ਮੁੱਖ ਮੰਤਰੀ ਕਹਿੰਦੇ ਕਿ ਅਸੀਂ ਸਿਰ ਤੋੜ ਕੋਸ਼ਿਸ਼ ਕਰ ਰਹੇ ਹਾਂ ਤੇ ਸਫਲ ਹੋ ਰਹੇ ਹਾਂ, ਇਨਵੈਸਟਮੈਂਟ ਲਿਆਉਣ 'ਚ ਕਾਰਖਾਨੇ ਲੱਗ ਰਹੇ ਆ ਤੇ ਪੈਸੇ ਆ ਰਹੇ ਨੇ, ਰੁਜ਼ਗਾਰ ਅਸੀਂ ਦੇ ਰਹੇ ਹਾਂ ਸਰਕਾਰੀ ਖੇਤਰ ਦੇ ਵਿੱਚ, ਪ੍ਰਾਈਵੇਟ 'ਚ ਵੀ ਮਿਲ ਰਿਹਾ, ਪਰ ਜਿਹੜੇ ਇਹ ਅੰਕੜੇ ਪੇਸ਼ ਹੋਏ ਆ ਇਹ ਕਿਹਨੇ ਕੀਤੇ ਆ, ਇਹ ਕਿਹਦੀ ਰਿਪੋਰਟ ਹੈ ਜਿਹੜੀ ਕਹਿੰਦੀ ਆ ਪੰਜਾਬ ਦੇ ਵਿੱਚ ਇਨਵੈਸਟਮੈਂਟ ਡਿੱਗੀ ਆ, ਅੱਗੇ ਨਾਲੋਂ ਘਟੀ ਆ? ਇਹ ਸਾਰੇ ਮਾਮਲੇ ਨੂੰ ਇੱਕ ਵਾਰੀ ਅੱਗੇ ਵਧਾ ਦਿਓ, ਕੌਣ ਸੱਚਾ ਕੌਣ ਝੂਠਾ ਤਸਵੀਰ ਸਾਫ਼ ਕਰ ਦਿਓ। ਰੰਧਾਵਾ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਕਿ ਪੰਜਾਬ ਦੇ ਵਿੱਚ ਜਿਹੜੀ ਇਨਵੈਸਟਮੈਂਟ ਹੈ ਉਹ ਗਿਰੀ ਹੈ, MSME ਐਕਸਪੋਰਟ ਪ੍ਰਮੋਸ਼ਨ ਕਾਉਂਸਲ ਹੈ ਇੱਕ, ਉਹਨਾਂ ਦੇ ਚੇਅਰਮੈਨ ਨੇ DS ਰਾਵਤ, ਉਹਨਾਂ ਨੇ ਕੱਲ ਲੁਧਿਆਣੇ ਇੱਕ ਇਹ ਸਟੱਡੀ ਰਿਪੋਰਟ ਪੇਸ਼ ਕੀਤੀ ਹੈ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਲਾਸਟ ਈਅਰ ਸੀਗਾ ਉਹਦੇ ਵਿੱਚ, ਯਾਨੀ ਕਿ 22-23, ਮਤਲਬ ਲਾਸਟ ਟੂ ਲਾਸਟ ਹੋ ਗਿਆ ਹੁਣ ਤਾਂ, ਉਹਦੇ ਵਿੱਚ 85.23% ਇਨਵੈਸਟਮੈਂਟ ਗਿਰ ਗਈ ਹੈ। ਮਤਲਬ ਉਹ ਕੰਪੇਅਰ ਕਰ ਰਿਹਾ ਪਿਛਲੇ ਸਾਲ ਨਾਲ, ਉਸ ਤੋਂ ਪਿਛਲੇ ਸਾਲ 25,000, ਮੇਰੇ ਕੋਲ ਇੱਕ ਆਂਕੜਾ ਹੈ 23,656 ਕਰੋੜ ਦਾ ਇਹ ਇਨਵੈਸਟਮੈਂਟ ਆਈ ਸੀ 21-22 ਦੇ ਵਿੱਚ, ਲੇਕਿਨ 22-23 ਜਦੋਂ ਕਿ ਨਵੀਂ ਸਰਕਾਰ ਨੇ ਟੇਕ ਓਵਰ ਕਰ ਲਿਆ, ਉਸ ਤੋਂ ਬਾਅਦ 3,492 ਕਰੋੜ ਰੁਪਏ ਰਹਿ ਗਈ। ਜੇ ਅਸੀਂ ਟੋਟਲ ਮਤਲਬ ਅੰਕੜਾ ਦੇਖੀਏ, ਮਤਲਬ ਕਾਂਗਰਸ ਦੇ ਕਾਰਜਕਾਲ ਦਾ ਜਿਹੜਾ ਪਿਛਲਾ ਰਜੀਮ ਬੀਤਿਆ ਜਿਹਨੂੰ ਆਪਾਂ ਕਹਿੰਦੇ, ਉਹਦੇ ਚ ਲਗਭਗ 96,000-98,000 ਕਰੋੜ ਦੀ ਇਨਵੈਸਟਮੈਂਟ ਆਈ ਹੈ, ਲੇਕਿਨ ਹੁਣ CM ਸਾਹਿਬ ਕਲੇਮ ਕਰ ਰਹੇ 56,000 ਕਰੋੜ ਦੀ। ਹੁਣ ਜਿਹੜੇ ਇਹ ਅੰਕੜੇ ਆਏ ਨੇ ਇਹ ਤਾਂ 3,492 ਕਰੋੜ ਰੁਪਏ ਦੇ ਨੇ। ਹੁਣ ਦਿੱਕਤ ਇਹ ਹੋ ਰਹੀ ਹੈ ਕਿ ਅੱਗੇ ਤਾਂ RTI ਰਾਹੀਂ ਜਾਂ ਹੋਰ ਕਿਸੇ ਵੀ ਤਰੀਕਿਆਂ ਰਾਹੀਂ ਇਹ ਇਨਫੋਰਮੇਸ਼ਨ ਬਾਹਰ ਆ ਜਾਂਦੀਆਂ ਸੀ, ਹੁਣ ਇਸ ਸਰਕਾਰ ਚ ਸਭ ਤੋਂ ਮੁਸ਼ਕਿਲ ਇਹੀ ਹੋਈ ਪਈ ਹੈ ਵੀ ਜਿਹੜੀ ਸਰਕਾਰ RTI ਨੂੰ ਕਹਿ ਕੇ RTI ਰਾਹੀਂ ਬਣੀ ਹੈ, ਉਹ ਪਾਰਟੀ ਹੋਈ RTI ਨੂੰ ਮਤਲਬ ਕਮਜ਼ੋਰ ਕਰੀ ਜਾ ਰਹੀ ਹੈ, ਉਹਦੇ ਅੰਕੜੇ ਦਿੰਦੀ ਹੀ ਨਹੀਂ ਹੈ ਕਿਸੇ ਵੀ ਰੂਪ ਚ। ਤੁਸੀਂ ਲੈ ਲਓ ਕਿਸੇ ਵੀ ਡਿਪਾਰਟਮੈਂਟ ਦੀ ਤੁਸੀਂ ਮੰਗ ਕੇ ਦੇਖ ਲਓ, ਤੁਹਾਨੂੰ ਕਦੇ ਨਹੀਂ ਮਿਲੇਗਾ। ਪਰ ਦੂਜੀ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਇਨਵੈਸਟਮੈਂਟ ਦੇ ਪਰਪਸ ਨਾਲ, ਪੰਜਾਬ ਦੇ ਵਿੱਚ ਇਨਵੈਸਟਮੈਂਟ ਕਿਉਂ ਨਹੀਂ ਆ ਰਹੀ? ਕੀ ਇਨਫਰਾਸਟ੍ਰਕਚਰ ਸਾਡਾ ਮਜ਼ਬੂਤ ਨਹੀਂ ਹੈਗਾ ਇਸ ਕਰਕੇ ਨਹੀਂ ਆ ਰਹੀ? ਕੀ ਸਾਡੇ ਕੋਲ ਇੱਥੇ ਸਕਿਲਡ ਬੰਦੇ ਨਹੀਂ ਹੈ ਇਸ ਕਰਕੇ ਨਹੀਂ ਆ ਰਹੀ? ਜਾਂ ਫਿਰ ਹੋਰ ਕਾਰਨ ਹੋ ਸਕਦੇ ਆ ਕੁਛ? ਜੋ ਮੈਨੂੰ ਮਤਲਬ ਮੈਂ ਇਹ ਸਾਰੀ ਚੀਜ਼ ਦੇਖੀ ਹੈ ਤੇ ਜਿਹੜੇ ਮੇਰੇ ਅਧਿਕਾਰੀ ਹੈਗੇ ਆ ਜਿਨ੍ਹਾਂ ਨਾਲ ਅਸੀਂ ਗੱਲ ਕਰਦੇ ਰਹੇ, ਜਿਹੜੇ ਰੋਜ਼ ਦੇ ਇਹਨਾਂ ਦੇ ਵਿੱਚ ਸ਼ਾਮਿਲ ਹੁੰਦੇ ਆ, ਉਹਨਾਂ ਨੇ ਮੈਨੂੰ ਕਿਹਾ ਕਿ ਪੰਜਾਬ ਇਨਫਰਾਸਟ੍ਰਕਚਰ ਦੇ ਮਾਮਲੇ ਚ ਬਿਲਕੁਲ ਕਿਤੇ ਪਿੱਛੇ ਨਹੀਂ ਹੈਗਾ। ਜੇ ਅਸੀਂ ਤੁਸੀਂ ਗੱਲ ਕਰੋ ਵੀ ਸਟੇਟ ਦੇ ਵਿੱਚ 2-2 ਇੰਟਰਨੈਸ਼ਨਲ ਏਅਰਪੋਰਟ ਨੇ, ਜਿਹੜੀ ਕਿਸੇ ਵੀ ਵੱਡੀ ਇੰਡਸਟਰੀ ਦੀ ਸਭ ਤੋਂ ਮੁੱਢਲੀ ਡਿਮਾਂਡ ਹੁੰਦੀ ਹੈ ਕਿ ਉੱਥੇ ਇੰਟਰਨੈਸ਼ਨਲ ਏਅਰਪੋਰਟ ਹੈ ਕਿ ਨਹੀਂ ਹੈ, ਤਾਂ ਕਿ ਉਹਨਾਂ ਨੂੰ ਆਉਣਾ ਜਾਣਾ ਸੌਖਾ ਰਹੇ, ਕਿ ਉਹ 2-4 ਘੰਟਿਆਂ ਦੇ ਵਿੱਚ ਇੰਡੀਆ ਦੇ ਕਿਸੇ ਵੀ ਪਾਸੇ ਤੋਂ ਆ ਜਾਣ। ਹੁਣ ਇਕੱਲੇ ਮੋਹਾਲੀ ਤੋਂ ਲਗਾਓ ਤੁਸੀਂ, 41 ਫਲਾਈਟ ਡੇਲੀ ਚੱਲਦੀਆਂ ਨੇ ਡੇਲੀ, 36 ਲੱਖ ਪੈਸੰਜਰ ਪਿਛਲੇ ਸਾਲ ਦਾ, 36,93,000 ਪੈਸੰਜਰ ਪਿਛਲੇ ਸਾਲ ਟਰੈਵਲ ਕੀਤਾ ਇਕੱਲੇ ਮੋਹਾਲੀ ਤੋਂ। ਇਹਦਾ ਮਤਲਬ ਇਨਫਰਾਸਟ੍ਰਕਚਰ ਦੇ ਮਾਮਲੇ ਚ ਘਾਟ ਨਹੀਂ ਹੈ, ਰੋਡ ਇਨਫਰਾਸਟ੍ਰਕਚਰ ਵੀ ਏਦਾਂ ਦਾ ਹੀ ਹੈ। ਪੰਜਾਬ ਦਾ ਕੋਈ ਏਰੀਆ ਏਦਾਂ ਦਾ ਨਹੀਂ ਹੈ ਜਿੱਥੇ ਤੁਸੀਂ ਸੈਂਟਰ ਚ ਖੜੇ ਹੋ ਜਾਓ, ਅਗਰ ਲੁਧਿਆਣੇ ਜਾਂ ਮਾਛੀਵਾੜਾ, ਕਿਉਂਕਿ ਮਾਛੀਵਾੜਾ ਸਾਡਾ ਪੰਜਾਬ ਦਾ ਸੈਂਟਰ ਹੈ, ਜੇ ਉੱਥੇ ਤੁਸੀਂ ਖੜੇ ਹੋ ਜਾਓ ਤਾਂ ਪੰਜਾਬ ਦੇ ਕਿਸੇ ਵੀ ਕਾਰਨਰ ਤੇ ਤੁਸੀਂ 2-2.5 ਘੰਟੇ ਤੋਂ ਤੇ ਪਹੁੰਚ ਸਕਦੇ ਹੋ, ਇੰਨੀ ਵਧੀਆ ਸੜਕਾਂ ਦਾ ਜਾਲ ਪਿਛਿਆ ਹੋਇਆ। ਸਕਿੱਲ ਡਿਵੈਲਪਮੈਂਟ
ਪੰਜਾਬ ਤਾਂ ਮੰਨਿਆ ਹੀ ਇਹਦੇ ਲਈ ਹੋਇਆ। ਪੰਜਾਬ ਦੀ ਸਭ ਤੋਂ ਵੱਡੀ ਸਟਰੈਂਥ ਜਿਹੜੀ ਹੈ ਉਹਦੀ ਇੰਟਰਪਰਨਿਓਰਸ਼ਿਪ ਹੀ ਹੈ। ਮੈਂ ਤੁਹਾਨੂੰ ਇੱਕ ਵਾਰ ਪਹਿਲਾਂ ਵੀ ਸ਼ਾਇਦ ਇਸ ਪ੍ਰੋਗਰਾਮ ਚ ਕਿਹਾ ਸੀਗਾ ਕਿ ਪੰਤ ਨਗਰ ਦੇ ਵਿੱਚ ਜਿਹੜਾ ਟਾਟਾ ਵਾਲਿਆਂ ਨੇ ਇੱਕ ਬਹੁਤ ਵੱਡਾ ਪਲਾਂਟ ਲਗਾਇਆ ਹੋਇਆ ਆਪਣਾ ਟਰੈਕਟਰਾਂ ਦਾ, ਉਹਦੇ ਚ ਉਹਨਾਂ ਨੇ ਪੰਜਾਬ ਤੋਂ 1,000 ਬੰਦਾ ਮੰਗਿਆ। ਤੇ ਉਹ ਜਦੋਂ ਸੁਰੇਸ਼ ਕੁਮਾਰ ਉਦੋਂ ਤਕਨੀਕੀ ਐਜੂਕੇਸ਼ਨ ਮਿਨਿਸਟਰ ਸੋਰੀ ਸੈਕਟਰੀ ਸੀਗੇ ਟੈਕਨੀਕਲ ਐਜੂਕੇਸ਼ਨ ਦੇ, ਉਹਨਾਂ ਨੇ ਕਿਹਾ ਵੀ ਉੱਥੇ ਤਾਂ ਆਲਰੇਡੀ ਇੰਨੇ ਬੰਦੇ ਹੈਗੇ ਆ ਜਿਹੜੇ ਉੱਤਰਾਖੰਡ ਚ ਥੱਲੇ ਇੱਥੇ ਨੌਕਰੀਆਂ ਕਰਨ ਲੈਂਦੇ, ਤੁਸੀਂ ਉੱਥੇ ਕਿਉਂ ਨਹੀਂ ਲੈ ਰਹੇ? ਉਹ ਕਹਿੰਦੇ ਨਹੀਂ, ਜਿਹੜੀ ਗੱਲ ਪੰਜਾਬ ਦੇ ਬੱਚਿਆਂ ਚ ਹੈ ਉਹ ਕਿਸੇ ਚ ਨਹੀਂ ਹੈ। ਮਤਲਬ ਇਹ ਟਾਟਾ ਦੇ ਉਹ ਵੱਡੇ ਅਧਿਕਾਰੀ ਨੇ ਉੱਥੇ ਮੇਰੇ ਸਾਹਮਣੇ ਗੱਲ ਕੀਤੀ ਹੈ ਕਿ ਉੱਥੇ ਇਹ ਨਾ ਮਤਲਬ ਕਿ ਬੱਚੇ ਵੀ ਸਾਡੇ ਕੋਲ ਹੈ, ਹਿਊਮਨ ਵੀ ਸਾਡੇ ਕੋਲ। ਫਿਰ ਕਿਉਂ ਨਹੀਂ ਸਾਡੇ ਕੋਲ ਇਨਵੈਸਟਮੈਂਟ ਹੁੰਦੀ? ਉਹਦੇ ਦੋ ਤਿੰਨ ਕਾਰਨ ਮੈਨੂੰ ਨਜ਼ਰ ਆਏ ਨੇ। ਇੱਕ ਤਾਂ ਸਾਡਾ ਲੈਂਡ ਲੌਕ ਹੋਣਾ ਤੇ ਸਾਡੀ ਇੱਥੇ ਜਿਹੜੀ ਜ਼ਮੀਨਾਂ ਦੇ ਰੇਟ ਨੇ ਉਹ ਬਹੁਤ ਜ਼ਿਆਦਾ ਹੋਣਾ, ਪਰ ਇਹ ਵੀ ਅਸੀਂ ਟਾਲ ਸਕਦੇ ਹਾਂ ਕਿਉਂਕਿ ਜਿਹਨੇ ਇਨਵੈਸਟਮੈਂਟ ਕਰਨੀ ਹੈ ਉਹ ਤਾਂ ਇਸ ਤੇ ਵੀ ਕਰ ਦਿੰਦਾ ਵੀ ਚੱਲ ਕੋਈ ਗੱਲ ਨੀ, 4 ਪੈਸੇ ਜ਼ਿਆਦਾ ਲੱਗ ਜਾਣਗੇ ਤਾਂ ਵੀ ਕੋਈ ਗੱਲ ਨੀ, ਇਹ ਸਾਰੀਆਂ ਚੀਜ਼ਾਂ ਵੀ ਤਾਂ ਮੈਨੂੰ ਮਿਲ ਰਹੀਆਂ ਨੇ ਨਾ। ਪਰ ਹੁਣ ਦਿੱਕਤਾਂ ਜਿਹੜੀਆਂ ਪਿਛਲੇ ਸਮੇਂ ਤੋਂ ਆ ਰਹੀਆਂ ਨੇ ਉਹ ਆ ਰਹੀ ਹੈ ਲਾਅ ਐਂਡ ਆਰਡਰ ਦੀ ਸਥਿਤੀ। ਲਾਅ ਐਂਡ ਆਰਡਰ ਦੀ ਸਥਿਤੀ ਸਾਡੇ ਹੁਣ ਅੱਛੀ ਨਹੀਂ ਰਹੀ ਹੈ। ਮਤਲਬ ਤੁਸੀਂ ਦੇਖੋ ਜਦੋਂ ਮਰਜ਼ੀ ਅਸੀਂ ਰੇਲਾਂ ਜਾਮ ਕਰ ਦਿੰਦੇ ਹਾਂ, ਛੋਟੀ ਛੋਟੀਆਂ ਗੱਲਾਂ ਤੇ ਅਸੀਂ ਸੜਕਾਂ ਜਾਮ ਕਰ ਦਿੰਦੇ ਹਾਂ, ਛੋਟੀਆਂ ਛੋਟੀਆਂ ਗੱਲਾਂ ਤੇ ਅਸੀਂ ਕੁਛ ਵੀ, ਮਤਲਬ ਕੋਈ ਡਿਮਾਂਡ ਹੁੰਦੀ ਹੈ ਅਸੀਂ ਸਿੱਧਾ ਪਹਿਲਾਂ ਰੇਲਾਂ ਤੇ ਬੈਠਦੇ ਹਾਂ, ਬਾਕੀ ਕੰਮ ਬਾਅਦ ਚ। ਮਤਲਬ ਕੋਈ ਨਾ ਤਾਂ ਜਿਹੜੇ ਆਪਣੀਆਂ ਮੰਗਾਂ ਰੱਖਣ ਵਾਲੇ ਨੇ ਉਹ ਸਿੱਧੀ ਪਹੁੰਚ ਸਰਕਾਰ ਤੱਕ ਕਰਦੇ, ਨਾ ਸਰਕਾਰ ਅੱਗੋਂ ਰਿਸਪੌਂਸ ਦਿੰਦੀ ਹੈ। ਇਸ ਕਰਕੇ ਹੁਣ ਜਿਹੜੇ ਮੰਗਾਂ ਕਰਨ ਵਾਲੇ ਨੇ ਉਹ ਸਿੱਧਾ ਹੀ ਰੇਲਵੇ ਟਰੈਕਾਂ ਤੇ ਬੈਠਦੇ ਆ। ਤੇ ਇੰਡਸਟਰੀ ਦਾ ਸਭ ਤੋਂ ਜਿਹੜਾ ਸਸਤਾ ਸਾਧਨ ਹੈ ਜਿਸ ਤੋਂ ਮਤਲਬ ਉਹਨਾਂ ਦਾ ਬਣਿਆ ਹੋਇਆ ਮਾਲ ਐਕਸਪੋਰਟ ਹੁੰਦਾ, ਕਿਉਂਕਿ ਇਹ ਵੀ MSME ਐਕਸਪੋਰਟ ਕੌਂਸਲ ਦੀ ਗੱਲ ਪ੍ਰਮੋਸ਼ਨ ਦੀ ਗੱਲ ਕਰ ਰਹੇ, ਹੁਣ ਇਹ ਸਭ ਤੋਂ ਜ਼ਿਆਦਾ ਮਾਲ ਤਾਂ ਰੇਲਵੇ ਟਰੈਕ ਰਾਹੀਂ ਭੇਜਦੇ। ਜੇ ਤੁਸੀਂ ਟਰੈਕ ਹੀ ਰੋਕ ਦੋਗੇ, ਲੈਂਡ ਲੋਕ ਅਸੀਂ ਹੈਗੇ ਹਾਂ, ਤਾਂ ਫਿਰ ਅਸੀਂ ਜਾਵਾਂਗੇ ਕਿੱਥੇ? ਪਾਕਿਸਤਾਨ ਅਸੀਂ ਜਾ ਨਹੀਂ ਸਕਦੇ, ਪਹਾੜੀ ਰਾਜਾਂ ਚ ਸਾਡੀ ਡਿਮਾਂਡ ਨਹੀਂ ਹੈ। ਤੇ ਰਹਿ ਗਿਆ ਕਿ ਰੈਸਟ ਆਫ ਇੰਡੀਆ, ਉਹਦੇ ਵਿੱਚ ਤੁਸੀਂ ਰੇਲ ਟਰੈਕ ਜਾਮ ਕਰਤੇ ਤਾਂ ਫਿਰ ਅਸੀਂ ਜਾਣਾ ਕਿੱਥੇ ਹੈ? ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨੇ ਇੰਡਸਟਰੀ ਦੇ ਮਨ ਦੇ ਵਿੱਚ ਥੋੜਾ ਕਿਤੇ ਨਾ ਕਿਤੇ ਮਤਲਬ ਸ਼ੰਕ ਸ਼ੱਕੇ ਪੈਦਾ ਕੀਤੇ ਨੇ। ਤੁਸੀਂ ਦੇਖੋ ਲਗਾਤਾਰ ਅਸੀਂ ਇਨਵੈਸਟਮੈਂਟ ਸਬਮਿਟਸ ਕਰ ਰਹੇ ਹਾਂ। ਮਤਲਬ ਪਹਿਲਾਂ ਤਾਂ ਹੁੰਦਾ ਸੀ ਕਿ ਅਸੀਂ ਦੱਸਦੇ ਹੁੰਦੇ ਸੀ ਵੀ 1 ਕਰੋੜ ਦੀ ਆ ਗਈ, 1 ਕਰੋੜ ਦੇ MOU ਹੋ ਗਏ, ਚਲੋ ਫਿਰ ਉਸ ਤੋਂ ਬਾਅਦ ਪ੍ਰੈਸ਼ਰ ਰਹਿੰਦਾ ਸੀਗਾ, ਅਧਿਕਾਰੀ ਲੱਗੇ ਰਹਿੰਦੇ ਸੀ ਕਿ ਜਲਦੀ ਕਰੋ ਜਲਦੀ ਕਰੋ, ਕੁਛ ਲਗਾਓ ਇੱਥੇ। ਤਾਂ ਹੁਣ ਤਾਂ ਪਿਛਲੇ ਜਦ ਦੇ CM ਸਾਹਿਬ ਆਮ ਆਦਮੀ ਪਾਰਟੀ ਜਾਂਦੇ ਤਾਂ ਇਹਨਾਂ ਨੇ ਵੀ ਬੰਦ ਕਰਤਾ, ਇਹ MOU ਸਾਈਨ ਹੀ ਨਹੀਂ ਕਰਦੇ, ਇਹ ਤਾਂ ਕਹਿੰਦੇ ਦਿਲਾਂ ਦੀ ਦਿਲਾਂ ਨਾਲ ਸਾਂਝ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਇਨਵੈਸਟਮੈਂਟ ਆਊਗੀ। ਇਨਵੈਸਟਮੈਂਟ ਤਾਂ ਮਾਹੌਲ ਕ੍ਰੀਏਟ ਕਰਨ ਨਾਲ ਆਉਂਦੀ ਹੈ। ਤੁਸੀਂ ਇੱਕ ਗੱਲ ਦਾ ਅੰਦਾਜ਼ਾ ਲਗਾਓ, ਅਕਾਲੀ ਦਲ ਦੇ ਰਜ਼ੀਮ ਦੇ ਵਿੱਚ ਇੱਕ ਇਨਫੋਸਿਸ ਨੇ 50 ਏਕੜ ਲੈਂਡ ਦੇ ਵਿੱਚ ITCT ਮੋਹਾਲੀ ਦੇ ਵਿੱਚ ਇੱਕ ਵੱਡਾ ਆਪਣਾ ਸਭ ਤੋਂ ਬੜਾ ਪ੍ਰੋਜੈਕਟ ਲਗਾਉਣ ਦੀ ਗੱਲ ਕੀਤੀ ਸੀਗੀ। ਅੱਜ ਤੁਸੀਂ ਦੇਖ ਲਓ ਲਗਭਗ 8 ਸਾਲ ਹੋ ਗਏ ਆ, ਉਹ ਉਸੇ ਤਰ੍ਹਾਂ ਹੀ ਪਿਆ, ਉਹਦੀ ਸਿਰਫ 4 ਦੀਵਾਰੀ ਹੋਈ ਹੈ, ਕੋਈ ਗੱਲ ਨਹੀਂ ਹੋ ਰਹੀ ਕਿ ਯਾਰ ਉਹ ਕਿਉਂ ਨਹੀਂ ਬਣ ਰਿਹਾ। ਕੱਲਾ ਉਹ ਬਣ ਜੇ ਤਾਂ ਮੈਨੂੰ ਲੱਗਦਾ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ, ਬੈਂਗਲੋਰ ਦਾ ਨਾਮ ਕਿਉਂ ਅੱਜ ਇਨਫੋਸਿਸ ਕਰਕੇ ਹੀ, ਹਜ਼ਾਰਾਂ ਦੀ ਤਾਦਾਦ ਚ ਤੁਸੀਂ ਉੱਥੇ ਮਤਲਬ ਰੁਜ਼ਗਾਰ ਦੇ ਸਕਦੇ ਹੋ। ਬੱਚੇ ਜਿਹੜੇ ਸਾਡੇ ਬਾਹਰ ਜਾ ਰਹੇ ਹੈ, ਮਤਲਬ ਉਹ ਸਾਰੇ IT ਸੈਕਟਰ ਦੇ ਵਿੱਚ ਹੀ ਕੰਮ ਕਰਨਾ ਚਾਹੁੰਦੇ ਨਾ, ਤੇ ਤੁਸੀਂ ਉਹ ਬੱਚਿਆਂ ਨੂੰ ਇੱਥੇ ਕਿਉਂ ਨਹੀਂ ਰੱਖ ਸਕਦੇ? ਮਤਲਬ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਨੇ। ਤਾਂ ਮੈਨੂੰ ਕਹਿਣ ਤੋਂ ਭਾਵੇਂ ਮੈਂ ਜਿਹੜੀ ਗੱਲ ਕਰ ਰਿਹਾ ਕਿ ਸਾਡੇ ਪੰਜਾਬ ਚ ਕੋਈ ਕਮੀ ਨਹੀਂ ਹੈ ਕਿਸੇ ਵੀ ਤਰ੍ਹਾਂ ਦੀ, ਸਿਰਫ ਇੱਕ ਮਾਹੌਲ ਦੀ ਕਮੀ ਹੈ, ਤੇ ਮਾਹੌਲ ਮੇਰਾ ਖਿਆਲ ਹੈ ਸਰਕਾਰਾਂ ਨੇ ਹੀ ਦੇਣਾ ਹੁੰਦਾ। ਸਰਕਾਰਾਂ ਅਗਰ ਉਸ ਤੇ ਕੰਮ ਕਰਨਗੀਆਂ ਤਾਂ ਇਨਵੈਸਟਮੈਂਟ ਆਏਗੀ। ਕੱਲੀ ਤੁਸੀਂ ਜੇਕਰ
ਅੰਦੋਲਨਾਂ ਦੀ ਗੱਲ ਕਰੋ ਇੱਥੋਂ ਤੱਕ ਨਹੀਂ ਹੈ, ਅੱਜ ਪੰਜਾਬ ਦੇ ਵਿੱਚ ਇੱਕ ਹੋਰ ਖੌਫ ਵੀ ਹੈ ਜਿਹੜੀ ਸਨੈਚਿੰਗ ਤੋਂ ਲੈ ਕੇ ਐਕਸਟੋਰਸ਼ਨ ਤੱਕ ਹੈ, ਔਰ ਹਰੇਕ ਡੱਬ ਦੇ ਵਿੱਚ ਪਤਾ ਨਹੀਂ ਕਿੱਥੇ ਕਿਹਦੇ ਕੋਲ ਪਿਸਤੌਲ ਹੈ, ਕਿਹਨੇ ਖੈਬੜਦੇ ਨੇ ਦੂਜੇ ਤੇ ਗੋਲੀ ਚਲਾ ਦੇਣੀ ਆ। ਇਹ ਗੱਲ ਸਿਰਫ ਘਟਨਾਵਾਂ ਦੀ ਲਾਅ ਐਂਡ ਆਰਡਰ ਦੀ, ਆਪਣੇ ਬੰਦੇ ਆਪ ਬਾਡੀਗਾਰਡ ਲੈਣੇ ਸ਼ੁਰੂ ਕਰਤੇ ਪ੍ਰਾਈਵੇਟ ਕੰਪਨੀਆਂ ਤੋਂ ਆਪਣੀ ਸੁਰੱਖਿਆ ਲਈ। ਇੱਥੇ ਪੰਜਾਬ ਸਰਕਾਰ ਨੂੰ, ਮੁੱਖ ਮੰਤਰੀ ਨੂੰ ਤਰਜੀਹੀ ਤੌਰ ਤੇ ਤਵੱਜੋ ਦੇਣੀ ਬਣੂਗੀ, ਅਦਰਵਾਈਜ਼ ਔਖਾ ਹੈ। ਲੇਕਿਨ ਮੈਂ ਇੱਕ ਚੀਜ਼ ਜਿਹੜੀ ਮੈਨੂੰ ਹਮੇਸ਼ਾ ਚੁਭਦੀ ਆ ਉਹ ਇਹ ਹੈ, ਮੈਂ ਅੰਮ੍ਰਿਤਸਰ ਦੇ ਵਿੱਚ ਬੈਠਾ ਹਾਂ, ਇਹ ਗੁਰੂ ਨਗਰੀ ਹੈ ਔਰ ਇੱਥੇ ਇੰਟਰਨੈਸ਼ਨਲ ਏਅਰਪੋਰਟ ਸਭ ਤੋਂ ਪਹਿਲਾਂ ਦਾ ਬਣਿਆ ਹੋਇਆ। ਵੱਖਰੀ ਗੱਲ ਹੈ ਕਿ ਇੱਥੇ ਭਾਰੀ ਇੰਡਸਟਰੀ ਨਹੀਂ ਆ ਸਕਦੀ, ਬਹੁਤ ਵੱਡੀ ਇਨਵੈਸਟਮੈਂਟ ਹਜ਼ਾਰਾਂ ਲੱਖਾਂ ਕਰੋੜ ਦੀ ਤੇ ਆ ਨਹੀਂ ਸਕਦੀ, ਪਰ ਸਰਵਿਸ ਸੈਕਟਰ ਤਾਂ ਪ੍ਰਮੋਟ ਕੀਤਾ ਜਾ ਸਕਦਾ। ਇੱਥੇ ਵੀ ਆਈਟੀ ਨਾਲ ਜੁੜੇ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਅੱਜ ਕੱਲ ਇਹ ਇੱਥੇ ਕੁਛ ਹੋ ਸਕਦਾ ਸੀਗਾ, ਇਹਨੂੰ ਇਗਨੋਰ ਕੀਤਾ ਗਿਆ। ਤੁਸੀਂ ਸਮਾਨਾਂਤਰ ਦੋ ਹੱਬ ਵਿਕਸਿਤ ਕਰ ਸਕਦੇ ਸੀ, ਤੁਸੀਂ ਮੋਹਾਲੀ ਤੇ ਅੰਮ੍ਰਿਤਸਰ ਇੱਕੋ ਵੇਲੇ ਅੱਗੇ ਵਧਾ ਸਕਦੇ ਸੀ, ਲੇਕਿਨ ਕਿਸੇ ਦਾ ਧਿਆਨ ਹੀ ਨਹੀਂ ਆਇਆ। ਪਹਿਲੀਆਂ ਸਰਕਾਰਾਂ ਤੋਂ ਹੁਣ ਤੱਕ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ, ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਚੁੱਪ ਵੱਟੀ ਰੱਖੀ, ਕਰੋਨਾ ਆ ਗਿਆ। ਪਰ ਇੱਕ ਸਵਾਲ ਜਿਹੜਾ ਮੈਂ ਭਾਸਕਰ ਸਾਹਿਬ ਵੱਲ, ਕੇਜਰੀਵਾਲ ਦੇ ਸਵਾਲ ਨੂੰ ਲੈ ਕੇ ਜਾਣ ਤੋਂ ਪਹਿਲਾਂ ਆਖਰੀ ਤੌਰ ਤੇ ਇੱਕ ਤੁਹਾਨੂੰ ਨੋਕ ਕਰਨਾ ਚਾਹੁੰਦਾ ਹੈ ਕਿ ਸਾਡੀਆਂ ਸਰਕਾਰਾਂ ਸਾਡੇ ਤਰਜੀਹੀ ਖੇਤਰ ਐਗਰੀਕਲਚਰ ਨੂੰ ਕਿਉਂ ਇਗਨੋਰ ਕਰਦੀਆਂ? ਜੇਕਰ ਰਾ ਮਟੀਰੀਅਲ ਦੀ ਗੱਲ ਕਰੀਏ, ਦੁਨੀਆ ਭਰ ਦੇ ਵਿੱਚ ਅੱਜ ਜਿੰਨੇ ਵੀ ਵੱਡੇ ਘਰਾਣੇ ਨੇ, ਜਿੰਨੇ ਵੀ ਬਹੁਤ ਵੱਡੇ ਕਾਰਪੋਰੇਟ ਘਰਾਣੇ ਨੇ, ਉਹ ਅੱਜ ਕੱਲ ਲਗਾਤਾਰ ਖਾਣ ਪੀਣ ਦੇ ਖੇਤਰ ਚ ਆਉਣਾ ਚਾਹੁੰਦੇ, ਅਨਾਜ ਦੇ ਖੇਤਰ ਚ ਆਉਣਾ ਚਾਹੁੰਦੇ। ਸਾਡੀ ਸਟੇਟ ਜਿਹੜੀ ਆ ਇਹਨੇ ਉਤਸ਼ਾਹਿਤ ਕਿਉਂ ਨਹੀਂ ਕੀਤਾ ਕਿ ਜਿਹੜਾ ਸਾਡੇ ਕੋਲ ਮਟੀਰੀਅਲ ਹੈ, ਸਾਡੇ ਕੋਲ ਖੇਤੀ ਆ, ਖੇਤੀ ਉਤਪਾਦ ਪੈਦਾ ਹੋ ਸਕਦੇ ਆ, ਡਾਇਵਰਸੀਫਿਕੇਸ਼ਨ ਆਪਣੇ ਆਪ ਹੋ ਜਾਊ, ਜਦੋਂ ਲੋੜ ਵੱਧ ਗਈ ਮੰਡੀ ਪੈਦਾ ਕਰ ਦਿਓ। ਅਸੀਂ ਲੋਕਾਂ ਨੂੰ ਉਤਸ਼ਾਹਿਤ ਕਰਕੇ ਇਸ ਖਿੱਤੇ ਦੇ ਵਿੱਚ ਇੱਕ ਵੱਡਾ ਇਸ ਤਰ੍ਹਾਂ ਦਾ ਉਪਰਾਲਾ ਕਿਉਂ ਨਹੀਂ ਕਰ ਸਕੇ? ਅਸੀਂ ਇੱਕ ਨਹੀਂ ਕਈ ਮਹਿਕਮੇ ਖੜੇ ਕਰ ਸਕਦੇ ਸੀ, ਔਰ ਜੇਕਰ ਤੁਸੀਂ ਸਾਰਾ ਦਾਰੋਮਦਾਰ ਹੀ ਸਰਕਾਰ ਦਾ ਖੇਤੀ ਤੇ ਲਿਆਓ, ਤਾਂ ਵੀ ਮੈਨੂੰ ਲੱਗਦਾ ਕਿ ਬਹੁਤ ਹੀ ਮਾੜੀ ਸਥਿਤੀ ਨਹੀਂ। ਇਹਨੂੰ ਕਿਉਂ ਇਗਨੋਰ ਕੀਤਾ ਜਾ ਰਿਹਾ? ਇੱਥੇ ਵਿਜਨ ਦੀ ਕਮੀ ਆ, ਇੱਥੇ ਐਫਰਟਸ ਦੀ ਕਮੀ ਆ, ਇੱਥੇ ਲੋਕਾਂ ਦਾ ਧਿਆਨ ਨਹੀਂ। ਅਫਸਰਸ਼ਾਹੀ ਹੁਣ ਪੰਜਾਬ ਨਾਲ ਲਗਾ ਨਹੀਂ ਰੱਖਦੀ, ਪੋਲੀਟੀਸ਼ੀਅਨਸ ਨੂੰ ਸਿਰਫ ਤੇ ਸਿਰਫ ਇਹ ਆਪਣੀ ਸਿਆਸਤ ਚਮਕਾਉਣ ਦਾ ਹੀ ਇੱਕ ਤਰੀਕਾ ਹੈ, ਉਹਨਾਂ ਨੂੰ ਇਹਦੇ ਨਾਲ ਕੋਈ ਹਿੱਤ ਨਹੀਂ, ਦਰੇਗ ਨਹੀਂ। ਕੀ ਕਹਿੰਦੇ ਹੋ, ਮਾਮਲਾ ਕੀ ਹੈ ਅਸਲ ਦੇ ਵਿੱਚ? ਇਹ ਸਭ ਤੋਂ ਵੱਡੇ ਸੈਕਟਰ ਨੂੰ ਇਗਨੋਰ ਕਿਉਂ ਕੀਤਾ ਜਾ ਰਿਹਾ? ਸਭ ਤੋਂ ਵੱਡੀ ਗੱਲ ਹੈਗੀ ਹੈ ਲਾਅ ਐਂਡ ਆਰਡਰ ਦੀ ਪ੍ਰੋਬਲਮ। ਬਿਲਕੁਲ ਇੰਦਰਪ੍ਰੀਤ, ਉਹਨਾਂ ਨੇ ਬਿਲਕੁਲ ਠੀਕ ਕਿਹਾ। ਲਾਅ ਐਂਡ ਆਰਡਰ ਪਿਛਲੇ ਦਿਨ, ਪਿਛਲੇ ਸਾਲ ਉਹ ਅੰਮ੍ਰਿਤਪਾਲ ਵਾਲਾ ਮੁੱਦਾ, ਉਹ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਪੂਰਾ ਸਿਰ ਚੜ੍ਹ ਕੇ ਬੋਲਿਆ ਸੀਗਾ, ਉਹ ਵੀ ਇੱਕ ਕਾਰਨ ਸੀਗਾ। ਔਰ ਕਿਸਾਨਾਂ ਦੇ ਬਾਰ ਬਾਰ ਪ੍ਰਦਰਸ਼ਨ, ਇਹ ਸਾਰੀ ਗੱਲਾਂ ਤੇ ਹੋ ਗਈਆਂ। ਤੁਸੀਂ ਇਹ ਦੇਖੋ ਕਿ ਪਿਛਲੇ 5 ਸਾਲਾਂ ਦਾ ਜਿਹੜਾ ਅੰਕੜਾ ਹੁਣ ਅੱਜ ਛਪਿਆ, ਉਹਦੇ ਵਿੱਚ 2018-19 ਦੇ ਵਿੱਚ ਸਭ ਤੋਂ ਜ਼ਿਆਦਾ ਇਨਵੈਸਟਮੈਂਟ ਆਈ ਸੀਗੀ, ਔਰ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 2017 ਦੇ ਵਿੱਚ ਬਣੀ ਸੀਗੀ। 43,323 ਕਰੋੜ ਰੁਪਏ 2018-19 ਚ ਇਨਵੈਸਟ ਹੋਈ ਸੀ, ਤੇ 19-20 ਚ ਉਹ ਘੱਟ ਕੇ 12,267 ਕਰੋੜ ਰਹਿ ਗਏ ਸੀਗੇ। ਫਿਰ 20-21 ਦੀ ਗੱਲ ਕਰੀਏ 15,761 ਕਰੋੜ, ਔਰ 21-22 ਦੀ ਗੱਲ ਇੰਦਰਪ੍ਰੀਤ ਉਹਨਾਂ ਨੇ ਕੀਤੀ ਹੈ 23,655 ਕਰੋੜ, ਔਰ ਹੁਣ ਜਦ ਨਵੀਂ ਬਦਲਾਅ ਵਾਲੀ ਸਰਕਾਰ ਆਈ ਹੈ ਤੇ 22-23 ਦੇ ਵਿੱਚ 3,492 ਕਰੋੜ। ਹੁਣ ਇਹ ਸਾਰੀ ਗੱਲਾਂ ਨੂੰ ਦੇਖੋ, ਔਰ ਕੱਲ ਇੱਕ ਖਬਰ ਛਪੀ ਸੀ ਅਖਬਾਰਾਂ ਦੇ ਵਿੱਚ, ਉਹਦੇ ਵਿੱਚ ਵੱਖ ਵੱਖ ਕੰਟਰੀਜ਼ ਦੇ ਅੰਬੈਸਡਰਾਂ ਦੇ ਨਾਲ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਇੱਕ ਮੀਟਿੰਗ ਹੋਈ ਸੀ, ਔਰ ਉਹ ਜਦ ਤੁਸੀਂ ਉਹ ਖਬਰ ਪੜ੍ਹ ਰਹੇ ਸੀ ਨਾ, ਜਾਂ ਮੈਂ ਉਹ ਖਬਰ ਪੜ੍ਹੀ, ਤੇ ਮੇਰੇ ਦਿਮਾਗ 'ਚ ਇੱਕ ਇਸ ਤਰ੍ਹਾਂ ਦਾ ਦ੍ਰਿਸ਼ ਆ ਰਿਹਾ ਸੀਗਾ ਕਿ ਮੁੱਖ ਮੰਤਰੀ ਹਰ ਅੰਬੈਸਡਰ ਦੇ ਸਾਹਮਣੇ ਇੱਕੋ ਹੀ ਗੱਲ ਕਹਿ ਰਹੇ ਨੇ
ਪੰਜਾਬ ਦੇ ਵਿੱਚ ਮਾਹੌਲ ਬਹੁਤ ਵਧੀਆ, ਪੰਜਾਬ ਦੇ ਵਿੱਚ ਓਪਰਚੁਨਿਟੀ ਬਹੁਤ ਹੈ, ਤੁਸੀਂ ਆਓ ਤੇ ਕਰੋ। ਐਗਰੀਕਲਚਰ ਦੀ ਗੱਲ ਕਰਕੇ ਉਹਨਾਂ ਨੇ ਯੂਕੇ ਦੇ ਅੰਬੈਸਡਰ ਨਾਲ ਕਿਹਾ ਸੀ ਤੁਸੀਂ ਆਓ ਐਗਰੀਕਲਚਰ ਦੇ ਵਿੱਚ, ਪੋਟੈਟੋ ਤੋਂ ਲੈ ਕੇ ਕਿਨੂੰ ਤੱਕ ਸਾਡੇ ਇੱਥੇ ਬਹੁਤ ਕੁਛ ਹੈਗਾ, ਪਰ ਉਹ ਸਾਰੀ ਗੱਲਾਂ ਦਾ ਰਿਜ਼ਲਟ ਕਦੀ ਵੀ ਨਹੀਂ ਨਿਕਲ ਗਿਆ ਹੈ। ਕਾਰਨ ਕੀ ਹੈ? ਇਹ ਸਰਕਾਰ ਨੂੰ ਇੰਟਰੋਸਪੈਕਸ਼ਨ ਕਰਨੀ ਚਾਹੀਦੀ ਹੈ, ਔਰ ਖਾਸ ਕਰਕੇ ਸਰਵਿਸ ਇੰਡਸਟਰੀ ਦੀ ਗੱਲ ਤੁਸੀਂ ਜਿਹੜੀ ਕੀਤੀ ਹੈ। ਪੰਜਾਬ ਤਰੱਕੀ ਔਰ ਅਨਇੰਪਲਾਇਮੈਂਟ ਤੋਂ ਤਦ ਤੱਕ ਨਿਜ਼ਾਤ ਨਹੀਂ ਪਾ ਸਕਦਾ ਜਦ ਤੱਕ ਕਿ ਪੰਜਾਬ ਦੇ ਵਿੱਚ ਸਰਵਿਸ ਇੰਡਸਟਰੀ ਡਿਵੈਲਪ ਨਾ ਕੀਤੀ ਜਾਏ। ਸਰਵਿਸ ਇੰਡਸਟਰੀ ਦੇ ਵਿੱਚ ਭਾਵੇਂ ਟਰਨਓਵਰ ਜਾਂ ਇਨਵੈਸਟਮੈਂਟ ਦਾ ਅਮਾਊਂਟ ਘੱਟ ਹੁੰਦਾ, ਪਰ ਜਿਹੜੀ ਸਰਕਾਰ ਜਿਹੜੀ ਸੂਬੇ ਦੇ ਵਿੱਚ ਖੁਸ਼ਹਾਲੀ ਖਾਸ ਕਰਕੇ ਅਨਇੰਪਲਾਇਮੈਂਟ ਦੀ ਸਮੱਸਿਆ ਤੋਂ ਜੂਝਿਆ ਜਾ ਸਕਦਾ ਉਹਨੂੰ ਡਿਵੈਲਪ ਕਰਨ ਵਾਸਤੇ, ਤੇ ਮੈਨੂੰ ਲੱਗਦਾ ਸਰਕਾਰ ਨੂੰ ਕੋਈ ਰੋਕ ਤੇ ਨਹੀਂ ਰਿਹਾ। ਇਹ ਚੀਜ਼ ਤਾਂ ਕਰਨੀ ਚਾਹੀਦੀ ਹੈ। ਤੁਸੀਂ ਅੰਮ੍ਰਿਤਸਰ ਔਰ ਮੋਹਾਲੀ ਦੀ ਗੱਲ ਕੀਤੀ, ਅੰਮ੍ਰਿਤਸਰ ਮੋਹਾਲੀ ਤੋਂ ਇਲਾਵਾ ਜਲੰਧਰ, ਲੁਧਿਆਣਾ, ਹੋਰ ਵੀ ਕਈ ਇਸ ਤਰ੍ਹਾਂ ਦੇ ਡਿਸਟ੍ਰਿਕਟਸ ਹੈਗੇ ਨੇ ਜਿਹਦੇ ਵਿੱਚ ਸਰਵਿਸ ਇੰਡਸਟਰੀ ਨੂੰ ਡਿਵੈਲਪ ਕਰਨ ਦੀ ਇੱਕ ਤਰੀਕੇ ਨਾਲ ਸ਼ੁਰੂਆਤ ਕੀਤੀ ਜਾ ਸਕਦੀ ਹੈ, ਜਿਹਦੇ ਉੱਤੇ ਸਰਕਾਰਾਂ ਚੁੱਪ ਹੈ। ਹੁਣ ਇਹ ਚੁੱਪੀ ਸੂਬੇ ਨੂੰ ਕਿੰਨੀ ਕੁ ਮਹਿੰਗੀ ਪੈ ਸਕਦੀ ਹੈ। ਹੁਣ ਜਦ ਤੁਸੀਂ ਐਕਸਪੋ ਇਨਵੈਸਟਮੈਂਟ ਪ੍ਰਮੋਸ਼ਨ ਕਾਊਂਸਿਲ ਜਿਹੜਾ ਬਣਿਆ ਹੋਇਆ ਸੂਬੇ ਦਾ, ਉਸ ਡਿਪਾਰਟਮੈਂਟ ਤੋਂ ਪਿਛਲੇ ਦਿਨਾਂ ਦੇ ਵਿੱਚ RTI ਦੇ ਰਾਹੀਂ ਹੈ ਇਨਫੋਰਮੇਸ਼ਨ ਮੰਗੀ ਗਈ ਸੀ ਕਿ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕਿੰਨੀ ਕੁ ਇਨਵੈਸਟਮੈਂਟ ਆਈ। ਜਵਾਬ ਮਿਲਿਆ ਕਿ ਨਹੀਂ, ਸਾਡੇ ਥਰੂ ਇੱਕ ਪੈਸੇ ਦੀ ਵੀ ਇਨਵੈਸਟਮੈਂਟ ਨਹੀਂ ਆਈ, ਸਾਡੇ ਕੋਲ ਕੋਈ ਪ੍ਰਪੋਜ਼ਲ ਪੈਂਡਿੰਗ ਨਹੀਂ ਹੈ। ਔਰ ਜੋ ਵੀ ਇਨਵੈਸਟਮੈਂਟ, ਜਿਸ ਇਨਵੈਸਟਮੈਂਟ ਦੀ ਗੱਲ ਮੁੱਖ ਮੰਤਰੀ ਕਰਦੇ ਨੇ 5600 ਕਰੋੜ ਦੀ, ਉਹ ਆਪਣੇ 56000 ਕਰੋੜ ਦੀ ਗੱਲ ਕਰਦੇ ਨੇ, ਉਹ ਕਹਿੰਦੇ ਨੇ ਉਹ ਡਾਇਰੈਕਟ ਆ ਗਈ ਤਾਂ ਆ ਗਈ ਹੋਏ, ਲੇਕਿਨ ਸਾਨੂੰ ਨਹੀਂ ਪਤਾ। ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਪੰਜਾਬ ਨੂੰ ਹੋਰ ਐਫਰਟਸ ਕਰਨ ਦੀ ਲੋੜ ਹੈ ਔਰ ਇਨਵੈਸਟਮੈਂਟ ਨੂੰ ਲਿਆਉਣ ਦੀ ਲੋੜ ਹੈ, ਤਾਂ ਕਿ ਸੂਬੇ ਦੇ ਵਿੱਚ ਐਗਰੀਕਲਚਰ ਦੇ ਵਿੱਚ ਬਹੁਤ ਜ਼ਬਰਦਸਤ ਇੱਕ ਪੋਟੈਂਸ਼ੀਅਲ ਹੈਗਾ, ਉਸ ਪੋਟੈਂਸ਼ੀਅਲ ਨੂੰ ਕੈਸ਼ ਕਰਨ ਦੀ ਗੱਲ। ਕੱਲ੍ਹ ਅਸੀਂ ਕਿਹਨੂੰ ਦੀ ਗੱਲ ਕਰਕੇ ਹਟੇ ਹਾਂ? ਤੁਸੀਂ ਇਹ ਦੇਖੋ ਕਿ ਆਪਣੇ ਕਿਸਾਨਾਂ ਦਾ ਸਾਥ ਦੇਣ ਵਾਸਤੇ ਜੇ ਆਪਣੀ ਸਰਕਾਰ ਕੋਈ ਬਹੁਤਾ ਯੋਗਦਾਨ ਨਹੀਂ ਕਰਦੀ, ਤੇ ਤੁਸੀਂ ਉਹ ਬੰਗਲਾਦੇਸ਼ ਦੀਆਂ ਹੋਰ ਸੂਬਿਆਂ ਦੀ ਗੱਲ ਕੀ, ਦੇਸ਼ਾਂ ਦੀ ਗੱਲ ਕੀ ਕਰੋਗੇ? ਇਹ ਇੱਕ ਸਥਿਤੀ ਬੜੀ ਗੰਭੀਰ ਹੈ, ਇਹਦੇ ਉੱਤੇ ਸਰਕਾਰ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ। ਇੰਦਰਪ੍ਰੀਤ ਜੀ, ਜਿਹੜੀ ਸਰਕਾਰ ਦੀ ਖੇਤੀ ਨੀਤੀ ਨਾ ਰਹੀ ਹੋਵੇ ਤੇ ਉੱਥੋਂ ਦੀ ਸਭ ਤੋਂ ਵੱਡੀ ਜਿਹੜੀ ਕਿਸਾਨ ਯੂਨੀਅਨ ਹੈ ਗ੍ਰਾਹਾਂ ਵਾਲੀ, ਉਹ 5 ਦਿਨ ਦਾ ਧਰਨਾ ਦੇਣ ਦਾ ਪ੍ਰੋਗਰਾਮ ਉਲੀਕ ਕੇ ਬੈਠੀ ਹੋਵੇ ਕਿ ਜੇ 19 ਤਰੀਕ ਤੱਕ ਤੁਸੀਂ ਖੇਤੀ ਨੀਤੀ ਨਾ ਲਾਨੀ ਤੇ ਅਸੀਂ 5 ਦਿਨ ਦਾ ਪ੍ਰੋਗਰਾਮ ਉਲੀਕ ਰਹੇ ਹਾਂ, ਤੁਸੀਂ ਮੈਨੂੰ ਦੱਸੋ ਉੱਥੇ ਇੰਡਸਟਰੀ ਆਉਣ ਦੀ ਤਵੱਕੋਂ ਕੀ ਕੀਤੀ ਜਾ ਸਕਦੀ ਹੈ? ਇੱਥੇ ਕਿਹੜੇ ਤੁਸੀਂ ਆਣ ਕੇ ਕੋਈ ਤੇਲ ਕੱਢਣਾ ਥੱਲਿਓ ਜਾਂ ਇੱਥੋਂ ਤੁਸੀਂ ਕੋਲਾ ਕੱਢਣਾ ਹੈ? ਇੱਥੋਂ ਤਾਂ ਸਿਰਫ ਤੇ ਸਿਰਫ ਖੇਤੀ ਦੇ ਵਿੱਚੋਂ ਉਤਪਾਦ ਕੱਢੇ ਜਾ ਸਕਦੇ ਆ, ਕਿਸਾਨ ਮਿਹਨਤੀ ਆ, ਪੰਜਾਬ ਦੇ ਜ਼ਰੇ ਜ਼ਰੇ ਦੇ ਵਿੱਚ ਗ੍ਰੀਨਰੀ ਆ, ਕੋਈ ਇੱਕ ਮਰਲਾ ਥਾਂ ਕਿਸਾਨ ਖਾਲੀ ਨਹੀਂ ਛੱਡਦੇ, ਹਰ ਜਗ੍ਹਾ 'ਚ ਕੁੱਝ ਨਾ ਕੁੱਝ ਬੀਜ ਕੇ ਬੈਠੇ ਆ। ਜੇ ਸਰਕਾਰਾਂ ਇਸ ਦਿਸ਼ਾ 'ਚ ਨਹੀਂ ਤੁਰਦੀਆਂ ਤਾਂ ਕਸੂਰ ਕਿਹਦਾ? ਇਹ ਕਾਫੀ ਵੱਡਾ ਸਵਾਲ ਹੈ ਜਿਹਨੂੰ ਐਡਰੈਸ ਨਹੀਂ ਕੀਤਾ ਜਾ ਰਿਹਾ, ਮੈਨੂੰ ਸਮਝ ਨਹੀਂ ਆ ਰਹੀ, ਜੇ ਤੁਹਾਨੂੰ ਸਮਝ ਆਉਂਦੀ ਤਾਂ ਸਮਝਾਓ। ਮੈਂ ਇਕੱਲਾ ਇਸ ਗਵਰਨਮੈਂਟ ਨੂੰ ਨਹੀਂ ਉਹ ਕਰ ਸਕਦਾ ਕਿ ਇਹ ਗਵਰਨਮੈਂਟ ਨੇ ਹੀ ਖੇਤੀ ਜਿਹੜੀ ਨੀਤੀ ਅੱਜ ਤੱਕ ਨਹੀਂ ਲਿਆਤੀ। ਇੰਦਰਪ੍ਰੀਤ ਜੀ, ਅਸੀਂ ਨਹੀਂ ਕਿਹਾ ਕਿ ਤੁਸੀਂ ਇਸ ਨੂੰ ਕਹੋ, ਅਸੀਂ ਤਾਂ ਅੱਜ ਦੇ ਦੌਰ ਚ ਬੈਠੇ ਇਸ ਕਰਕੇ ਗੱਲ ਕਰ ਰਹੇ ਹਾਂ, ਸਾਰੀਆਂ ਸਰਕਾਰਾਂ ਮੈਨੂੰ ਲੱਗਦਾ ਇਸ ਤੋਂ ਪਹਿਲੀਆਂ ਤੋਂ ਜ਼ਿਆਦਾ ਜ਼ਿੰਮੇਵਾਰ ਨੇ। ਜੀ ਮੈਂ ਉਸੇ ਗੱਲ ਤੇ ਆ ਰਿਹਾ। ਤੁਸੀਂ ਦੇਖੋ ਕਿ ਹੁਣ ਪੂਰਾ 1 ਸਾਲ ਹੋ ਗਿਆ ਜਦੋਂ ਇਹ ਕਮੇਟੀ ਬਣਾਈ ਸੀਗੀ ਕਿ ਇਹ 11 ਮੈਂਬਰੀ ਕਮੇਟੀ ਜਿਹੜੀ ਹੈਗੀ ਆ ਉਹ ਖੇਤੀ ਨੀਤੀ ਲੈ ਕੇ ਆਏਗੀ। ਪਹਿਲਾਂ ਮਾਰਚ ਦੀ ਡੇਟ ਦਿੱਤੀ ਗਈ, ਫਿਰ ਜੂਨ, ਫਿਰ ਜੁਲਾਈ, ਵਧਦੀ 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 ਅੱਜ ਤੁਸੀਂ ਅਸੀਂ ਦੇਖ ਲਓ ਅਗਲੇ ਸਾਲ ਦੀ ਜਨਵਰੀ ਮਹੀਨੇ ਦੇ ਅੱਧ ਨੂੰ ਵੀ ਟੱਪ ਚੁੱਕਿਆ। ਹਜੇ ਤੱਕ ਵੀ ਖੇਤੀ ਦਾ ਕੋਈ, ਮੈਂ ਕੱਲ ਐਗਰੀਕਲਚਰ ਮਿਨਿਸਟਰ ਤੋਂ ਵੀ ਪੁੱਛਿਆ, ਐਗਰੀਕਲਚਰ ਸੈਕਟਰੀ ਤੋਂ ਵੀ ਪੁੱਛਿਆ, ਮੈਂ ਕਿਹਾ ਵੀ ਐਟਲੀਸਟ ਇਹ ਤਾਂ ਦੱਸ ਦੋ ਵੀ ਫਸੀ ਕਿੱਥੇ ਹੋਈ ਹੈ, ਕਮ ਸੇ ਕਮ ਇਹ ਤਾਂ ਪਤਾ ਚੱਲੇ ਵੀ ਯਾਰ ਆਹ ਦਿੱਕਤ ਆ ਰਹੀ ਹੈ ਇਸ ਕਰਕੇ ਨਹੀਂ ਆ ਰਹੀ। ਉਹ ਪਿਛਲੇ 2 ਮਹੀਨੇ ਤੋਂ ਲਗਾਤਾਰ ਮੈਨੂੰ ਇਹੀ ਕਹੀ ਆ ਰਿਹਾ ਕਿ ਜੀ CM ਸਾਹਿਬ ਕੋਲ ਗਈ ਹੋਈ ਹੈ, ਉਹਨਾਂ ਨੇ ਟਾਈਮ ਦੇਣਾ। ਹੁਣ CM ਸਾਹਿਬ 2 ਮਹੀਨੇ ਤੋਂ ਟਾਈਮ ਕਿਉਂ ਨਹੀਂ ਦੇ ਰਹੇ? ਮੈਂ ਤੁਹਾਨੂੰ ਇੱਕ ਵਾਰ ਪਹਿਲਾਂ ਵੀ ਇਸੇ ਪ੍ਰੋਗਰਾਮ ਚ ਕਿਹਾ ਸੀਗਾ ਕਿ ਜੇ ਐਗਰੀਕਲਚਰ ਸੈਕਟਰ ਨੂੰ, ਮਤਲਬ
ਖਿੱਚ ਕੇ ਰੱਖਣਾ ਪੰਜਾਬ ਦੇ ਵਿੱਚ ਤਾਂ ਉਹ ਸੈਕਟਰ ਜਿਹੜਾ ਹੈਗਾ ਸਿੱਧਾ ਡਾਇਰੈਕਟ ਸੀਐਮ ਕੋਲੇ ਹੋਣਾ ਚਾਹੀਦਾ, ਤਾਂ ਹੀ ਉਹ ਖਿੱਚਿਆ ਜਾ ਸਕਦਾ। ਕਿਉਂਕਿ ਬਹੁਤ ਸਾਰੇ ਫੈਸਲੇ ਹੁੰਦੇ ਨੇ ਜਿਹੜੇ ਸੀਐਮ ਨੇ ਲੈਣੇ ਹੁੰਦੇ ਨੇ, ਤਾਂ ਉਹ ਜੇ ਤੁਸੀਂ ਵਾਇਆ ਇਸ ਤੋਂ ਆਊਗਾ ਤਾਂ ਨਹੀਂ ਹੋ ਸਕਦੇ। ਸੋ ਇਸ ਕਰਕੇ ਇਹ ਨੀ ਮੈਂ ਕਹਿ ਰਿਹਾ ਵੀ ਸਾਡੇ ਐਗਰੀਕਲਚਰ ਮਨਿਸਟਰ ਕੋਈ ਮਾੜੇ ਨੇ, ਇੰਦਰਪ੍ਰੀਤ ਜੀ ਸਾਡੇ ਮੁੱਖ ਮੰਤਰੀ ਕਿਹੜੇ PAU ਦੇ ਵਿਗਿਆਨੀ ਆ ਕਿ ਉਹਨਾਂ ਨੂੰ ਨੋਬਲ ਮਿਲਿਆ ਐਗਰੀਕਲਚਰ ਚ, ਪਤਾ ਕਰਾ ਲਓ ਕਿ ਉਹਨਾਂ ਨੇ ਕਿਤੇ ਗਾਹ ਆਪਣੀ ਹਾਈ ਕਮਾਂਡ ਨੂੰ ਤਾਂ ਨੀ ਭੇਜੀ ਵੀ ਮੜ ਜੀ ਝਾਤੀ ਮਾਰ ਲਓ ਤੇ ਉਹਨਾਂ ਨੇ ਕੋਈ ਅੱਗੋਂ ਇੰਡਸਟਰੀਅਲ ਸੱਦੇ ਹੋਣ ਵੀ ਆ ਵੇਖ ਲਓ। ਮੈਨੂੰ ਲੱਗਦਾ ਮੁੱਖ ਮੰਤਰੀ ਕਿਹੜਾ ਵਰਕਾ ਵਰਕਾ ਕਰਕੇ ਫਰੋਲਣ ਡੇ ਆ ਥੁੱਕ ਲਾ ਕੇ ਵੀ ਵੇਖ ਲਈਏ ਕਿ ਇੱਕ ਪੜ੍ਹ ਲਈਏ, ਟਾਈਮ ਕਿੱਥੇ ਮੁੱਖ ਮੰਤਰੀ ਕੀ ਕਹਿੰਦੇ। ਨਹੀਂ ਅਸਲ ਚ ਮੈਨੂੰ ਰੰਧਾਵਾ ਸਾਹਿਬ ਦਿੱਕਤ ਤਾਂ ਮੈਨੂੰ ਹੋਰ ਲੱਗਦੀ ਹੈ, ਦਿੱਕਤਾਂ ਇਹਦੇ ਵਿੱਚ ਪੋਲੀਟੀਕਲ ਨੇ, ਇਹਦੇ ਚ ਦਿੱਕਤਾਂ ਟੈਕਨੀਕਲ ਨਹੀਂ ਹੈਗੀਆਂ, ਇਹਦੇ ਚ ਦਿੱਕਤਾਂ ਪੋਲੀਟੀਕਲ ਨੇ। ਔਰ ਪੋਲੀਟੀਕਲ ਵਿਲ ਹੀ ਚਾਹੀਦੀ ਹੈ ਜਿਹੜੀ ਕਿ ਮੈਨੂੰ ਲੱਗਦਾ ਕਿਸੇ ਪਾਰਟੀ ਚ ਮੈਨੂੰ ਨਜ਼ਰ ਨਹੀਂ ਆ ਰਹੀ, ਨਾ ਅਕਾਲੀ ਦਲ ਚ ਨਜ਼ਰ ਆ ਰਹੀ ਹੈ, ਨਾ ਕਾਂਗਰਸ ਚ ਤੇ ਨਾ ਹੀ ਹੁਣ ਆਮ ਆਦਮੀ ਪਾਰਟੀ ਚ। ਉਹ ਦਿੱਕਤ ਕੀ ਹੈ? ਦਿੱਕਤ ਹੈ ਕਿ ਸਭ ਤੋਂ ਵੱਡੀ ਕਿ ਜਿਹੜੀ ਇਲੈਕਟ੍ਰੀਸਿਟੀ ਸਬਸਿਡੀ ਹੈ ਇਹਦਾ ਕੀ ਕਰਨਾ ਹੈ। ਪਿਛਲੀ ਜਿਹੜੀ ਅਜੇਵੀਰ ਜਾਖੜ ਹੋਰਾਂ ਨੇ ਜਿਹੜੀ ਬਣਾਈ ਸੀ ਉਹਦੇ ਵਿੱਚ ਵੀ ਇਹੀ ਕਿਹਾ ਸੀਗਾ ਕਿ 10 ਏਕੜ ਤੋਂ ਘੱਟ ਵਾਲੇ ਕਿਸਾਨਾਂ ਨੂੰ ਹੀ ਮਿਲਣੀ ਚਾਹੀਦੀ ਹੈ, ਇਸ ਤੋਂ ਉੱਪਰ ਵਾਲੇ ਕਿਸਾਨਾਂ ਨੂੰ ਬਿਜਲੀ ਦੇ ਬਿੱਲ ਪੂਰੇ ਦੇਣੇ ਚਾਹੀਦੇ ਹੈ, ਜਾਂ ਸਿਰਫ ਇੱਕ ਮੋਟਰ ਤੇ ਦਿੱਤੀ ਜਾਣੀ ਚਾਹੀਦੀ ਹੈ ਤੇ ਬਾਕੀ ਅਗਰ ਕਿਸੇ ਕੋਲ 3 ਜਾਂ 4 ਮੋਟਰਾਂ ਨੇ ਤੇ ਉਸ ਤੋਂ ਉਹ ਬਿਜਲੀ ਦੇ ਪੂਰੇ ਪੈਸੇ ਲਿੱਤੇ ਜਾਣੇ ਚਾਹੀਦੇ ਨੇ। ਇੱਕ ਗੱਲ ਇਹ ਸੀਗੀ। ਦੂਜੀ ਗੱਲ ਇਹਦੇ ਵਿੱਚ ਮੈਨੂੰ ਜਿਹੜੀ ਨਜ਼ਰ ਖਾਮੀ ਨਜ਼ਰ ਆ ਰਹੀ ਹੈ ਕਿ ਅਸੀਂ ਡਿਸਕਸ ਹੀ ਨਹੀਂ ਕਰਾਉਂਦੇ ਇਹਨੂੰ। ਕੀ ਦਿੱਕਤ ਹੈਗੀ ਹੈ ਕਿ ਜਦੋਂ ਜੇ ਅਸੀਂ ਇਸੇ ਇਸ਼ੂ ਨੂੰ ਲੈ ਕੇ ਇੱਕ ਪਾਲਿਸੀ ਨੂੰ ਲੈ ਕੇ ਵਿਧਾਨ ਸਭਾ ਦਾ 2 ਦਿਨ ਦਾ ਸੈਸ਼ਨ ਰੱਖ ਦਈਏ ਤੇ ਸਾਰੀ ਪਾਰਟੀਆਂ ਨੂੰ ਕਹੇ ਕਿ ਖੁੱਲ ਕੇ ਬੋਲੋ ਜਿੰਨਾ ਤੁਹਾਡੇ ਕੋਲ ਬੋਲ ਸਕਦੇ ਹੋ, ਤਾਂ ਪਤਾ ਲੱਗ ਜਾਏਗਾ ਕਿ ਦਿੱਕਤਾਂ ਹੈਗੀਆਂ ਨੇ। ਉਹ ਦਿੱਕਤਾਂ ਦੇ ਉੱਤੇ ਕੋਈ ਇੱਕ ਆਮ ਸਹਿਮਤੀ ਤਾਂ ਬਣ ਸਕਦੀ ਹੈ, ਜਿੰਨੀ ਵੀ ਸਹਿਮਤੀ ਬਣ ਗਈ ਐਟਲੀਸਟ ਤੁਸੀਂ ਉਸ ਤੋਂ ਤਾਂ ਅੱਗੇ ਵਧੋ। ਅਸੀਂ ਹਜੇ ਤੱਕ ਇਹ ਵੀ ਨਹੀਂ ਕਰ ਸਕਿਆ। ਪਿਛਲੇ ਮੈਂ ਤੁਹਾਨੂੰ ਦੱਸਿਆ ਸੀ ਐਗਰੀਕਲਚਰ ਪਾਲਿਸੀ ਨੂੰ ਲੈ ਕੇ ਮੈਂ ਬਹੁਤ ਵਾਰੀ ਸਰਕਾਰ ਦਰਬਾਰੇ ਇਹ ਗੱਲ ਕਰਦਾ ਰਿਹਾ ਕਿ ਇਹ ਘੱਟੋ ਘੱਟ ਵਿਧਾਨ ਸਭਾ ਚ ਹੀ ਲਿਆਓ, ਉੱਥੇ ਕੋਈ ਦਿੱਕਤ ਆ ਜਾਏਗੀ। ਉੱਥੇ ਮੈਨੂੰ ਪਤਾ ਚੱਲਿਆ ਕਿ ਦਿੱਕਤ ਸੀਗੀ ਸਭ ਤੋਂ ਵੱਡੀ ਬਿਜਲੀ ਸਬਸਿਡੀ ਦਾ ਕੀ ਕਰਨਾ। ਕੋਈ ਪੋਲੀਟੀਕਲ ਪਾਰਟੀ ਕਿਸਾਨਾਂ ਤੋਂ ਫ੍ਰੀ ਬਿਜਲੀ ਦਾ ਜਿਹੜਾ ਇਸ਼ੂ ਹੈ ਉਹ ਲੈ ਕੇ ਲੈਣਾ ਨਹੀਂ ਚਾਹੁੰਦੀ ਵੀ ਅਸੀਂ ਵਾਪਿਸ ਲੈ ਲਿਆ। ਉਹਦਾ ਮਿਡਵੇ ਵੀ ਅਸੀਂ ਗੱਲ ਕੀਤੀ ਸੀ ਵੀ ਮਿਡਵੇ ਵੀ ਹੈਗਾ, ਤੁਸੀਂ ਉੱਥੇ ਕਿਸਾਨਾਂ ਨੂੰ ਦੇ ਦਿਓ ਜਿਵੇਂ ਜਰਮਨੀ ਚ ਉਹਨਾਂ ਨੇ ਕੀਤਾ ਕਿ ਸਾਰੇ ਜਿੰਨੇ ਖੇਤਾਂ ਦੀ ਬਾੜ ਹੈ ਜਿਹੜੀ ਉਹਨਾਂ ਦਾ ਖੇਤ ਦਾ ਜਿੰਨਾ ਉਹਦਾ ਏਰੀਆ ਜਿਹਨੂੰ ਕੀ ਬੋਲ ਦਿੰਦੇ ਆ ਹਿੰਦੀ ਤਾਂ ਬਾੜ ਹੀ ਬੋਲਦੇ ਆ, ਜਿੱਥੇ ਜਿੱਥੇ ਮੇਰੀ ਹੱਦ ਹੈ ਉੱਥੇ ਉਹਨਾਂ ਨੇ ਸਾਰੀ ਜਗ੍ਹਾ ਤੇ ਸੋਲਰ ਲਗਵਾ ਕੇ ਦੇਤੇ, ਸਰਕਾਰ ਨੇ ਆਪ ਹੀ ਲਗਾ ਕੇ ਦੇਤੇ। ਹੁਣ ਉਹ ਸੋਲਰ ਤੋਂ ਫ੍ਰੀ ਬਿਜਲੀ ਮਿਲ ਜਾਂਦੀ ਹੈ ਉਹਨਾਂ ਨੂੰ ਲੋੜ ਨਹੀਂ। ਪਰ ਇੱਥੇ ਦਿਸ਼ਾ ਚ ਵੀ ਅੱਗੇ ਨਹੀਂ ਵਧਿਆ ਜਾ ਰਿਹਾ। ਹੁਣ ਜੇ ਆਪਾਂ ਕਿਸੇ ਇੱਕ ਦਿਸ਼ਾ ਚ ਠੀਕ ਹੈ ਕਿ ਪੈਂਡਾ ਲੰਬਾ ਹੋ ਸਕਦਾ ਹੈ, ਪਰ ਜਦ ਤੱਕ ਅਸੀਂ ਪਹਿਲਾ ਕਦਮ ਹੀ ਨਹੀਂ ਵਧਾਵਾਂਗੇ ਤੇ ਚੱਲਾਂਗੇ, ਉਹ ਪੈਂਡਾ ਤਾਂ ਕਦੇ ਵੀ ਸਰ ਨਹੀਂ ਹੋਣਾ। ਤਾਂ ਮੇਰਾ ਕਹਿਣ ਤੋਂ ਭਾਵ ਸਿਰਫ ਇੰਨਾ ਕਹਿ ਕਿ ਚਾਹੇ ਲੰਬਾ ਜਿੰਨਾ ਮਰਜ਼ੀ ਹੋਵੇ ਇੱਕ ਕਦਮ ਤਾਂ ਵਧਾਓ, ਤਾਂ ਹੀ ਆਪਾਂ ਅੱਗੇ ਉਹਨੂੰ ਸਰ ਕਰ ਸਕਦੇ ਹਾਂ। ਇੰਦਰਪ੍ਰੀਤ ਜੀ ਥੋੜੇ ਭਟਕ ਗਏ ਸੀ, ਮਾਮਲਾ ਤੇ ਇੰਡਸਟਰੀ ਦਾ ਸੀ, ਆਪਾਂ ਖੇਤੀ ਸਬਸਿਡੀ ਤੇ ਆ ਗਏ, ਪਰ ਕਹਿ ਰਹੇ ਵੀ ਬਹੁਤ ਹੈ ਮਾਮਲਾ, ਖੇਤੀ ਦੀ ਵੀ ਇੰਡਸਟਰੀ ਹੈ ਨਾ ਰੰਧਾਵਾ ਸਾਹਿਬ, ਖੇਤੀ ਦੀ ਵੀ ਪੂਰੀ ਇੰਡਸਟਰੀ ਹੈ ਸਾਡੇ ਕੋਲ, ਤਾਂ ਇੱਥੇ ਐਗਰੋ ਬੇਸਡ ਇੰਡਸਟਰੀ ਦਾ ਹੀ ਮਤਲਬ ਸਭ ਤੋਂ ਵੱਡਾ ਮਤਲਬ ਚਾਂਸ ਹੈ। ਮੈਂ ਉਹੀ ਕਿਹਾ ਸੀ ਕਿ ਸਰਕਾਰਾਂ ਇਸ ਫਸਲੀ ਚੱਕਰ ਚੋਂ ਕੱਢਣ ਲਈ ਜਿੰਨੇ ਮਰਜ਼ੀ ਉਪਰਾਲੇ ਕਰ ਲੈਣ, ਜਿੰਨਾ ਚਿਰ ਉਹ ਮੰਡੀ ਤੇ ਖਰੀਦ ਸਿਸਟਮ ਨਹੀਂ ਬਣਾਉਂਦੇ। ਔਰ ਉਹ ਤਦ ਹੀ ਆ ਜਦ ਡਿਮਾਂਡ ਹੋਊਗੀ, ਡਿਮਾਂਡ ਪੈਦਾ ਕਰਨ ਲਈ ਤੁਹਾਨੂੰ ਬਹੁਤ ਵੱਡੇ ਪੱਧਰ ਤੇ ਪਹਿਲਾਂ ਸਰਕਾਰ ਨੂੰ ਧਿਆਨ ਦੇਣਾ ਪਊਗਾ। ਘੱਟੋ ਘੱਟ 2-3 ਮੰਤਰਾਲੇ ਇਸੇ ਚੀਜ਼ ਤੇ ਬਣਾ ਦਿਓ, ਕਾਫੀ ਵੱਡੀ ਜਿਹੜੀ ਘੱਟੋ ਘੱਟ 50 ਅਫਸਰ IAS ਅਫਸਰ ਉਹਨਾਂ ਨੂੰ ਇਸੇ ਕੰਮ ਤੇ ਲਾ ਦਿਓ
ਰਿਜ਼ਲਟ ਲਾਓ, ਜੇ ਨਹੀਂ ਰਿਜ਼ਲਟ ਦਿੰਦਾ ਉਹਨੂੰ ਉਹਦੀ ਜਵਾਬ ਤਲਬੀ ਕਰੋ। ਮੈਨੂੰ ਇੰਝ ਲੱਗਦਾ ਹੈ ਕਿ ਇਹਨਾਂ ਮਾਮਲਿਆਂ 'ਚ ਅਕਾਊਂਟੇਬਿਲਟੀ ਫਿਕਸ ਕੀਤੇ ਬਿਨਾਂ ਕਿਸੇ ਨੂੰ ਤੁਸੀਂ ਕਾਰਨ ਦੱਸੋ ਨੋਟਿਸ ਵੀ ਜਾਰੀ ਨਹੀਂ ਕਰਦੇ, ਉਹਨਾਂ ਚਿਰ ਸੰਭਵ ਨਹੀਂ। ਅਫਸਰ ਜਾਂਦੇ ਨੇ ਘੁੱਗੀ ਮਾਰ ਕੇ, ਚਾਹ ਪੀ ਕੇ, ਹਾਜ਼ਰੀ ਹੁਜ਼ਰੀ ਲਾ ਕੇ ਬੈਠੇ ਰਹਿੰਦੇ, ਆਨੰਦ ਲੈਂਦੇ ਰਹਿੰਦੇ ਆ, ਜਿਹਨੂੰ ਮਨ ਪਸੰਦ ਦਾ ਮਹਿਕਮਾ ਨਹੀਂ ਮਿਲਦਾ। ਮੈਂ ਇਸ ਕਰਕੇ ਜਾ ਰਿਹਾ ਸੀ ਕਿ ਖੇਤੀ ਆਧਾਰਿਤ ਸਨਅਤ ਬਣਾਓ, ਪੰਜਾਬ ਨੂੰ ਖੁਸ਼ਹਾਲ ਕਰੋ, ਤੇ ਫਿਰ ਲੋਕ ਵੀ ਖੁਸ਼, ਤੁਸੀਂ ਵੀ ਖੁਸ਼, ਔਰ ਖਾਸ ਤੌਰ ਤੇ ਸਰਕਾਰ ਜਿਹੜੀ ਆ ਰੋਜ਼ ਰੋਣਾ ਨਹੀਂ ਰਹੂਗੀ ਕਰਜ਼ੇ ਦਾ, ਰੋਜ਼ ਰੋਣਾ ਨਹੀਂ ਰਹੂਗੀ ਕਿ ਅਸੀਂ ਸਾਡੇ ਖਜ਼ਾਨੇ 'ਚ ਕੱਖ ਨਹੀਂ ਗਾ। ਮੈਂ ਚਲੋ ਇਹਨੂੰ ਛੱਡਦਾ, ਭਾਸਕਰ ਸਾਹਿਬ ਕੇਜਰੀਵਾਲ ਸਾਹਿਬ ਤੇ ਉਹਨੇ ਸਿੱਧੇ ਇਹਨੂੰ ਫਿਰ ਕਿਸੇ ਹੋਰ ਨੁਕਤੇ ਤੇ ਰੱਖਾਂਗੇ ਸਾਰੀ ਗੱਲ ਨੂੰ। ਕੇਜਰੀਵਾਲ ਚੌਥੇ ਸੰਮਨ ਨੂੰ ਵੀ ਇਗਨੋਰ ਕਰਕੇ ਚਿੱਠੀ ਲਿਖਦੇ ਆ, ਮੇਰੀਆਂ ਗੱਲਾਂ ਦਾ ਜਵਾਬ ਨਹੀਂ ਦੇ ਰਹੇ, ਰਾਜਨੀਤੀ ਹੋ ਰਹੀ ਆ, ਅੱਗੇ ਇਲੈਕਸ਼ਨ ਆ, ਮੈਨੂੰ ਅੰਦਰ ਦੇਣ ਦੀ ਤਿਆਰੀ ਆ, ਮੇਰੀਆਂ ਗੱਲਾਂ ਦੇ ਜਵਾਬ ਦਿਓ, ਕਿ ਮੈਂ ਦੋਸ਼ੀ ਆ, ਮੈਨੂੰ ਕਿਉਂ ਸੱਦਿਆ ਜਾ ਰਿਹਾ, ਕੀ ਈਡੀ ਇਹਨਾਂ ਗੱਲਾਂ ਲਈ ਜਵਾਬ ਦੇਣ ਦੇ ਪਾਬੰਦ ਹੈ, ਕੀ ਸੰਮਨਾਂ ਦੇ ਜਵਾਬ ਦੇ ਵਿੱਚ ਆਈਆਂ ਚਿੱਠੀਆਂ ਦੇ ਜਵਾਬ ਦਿੱਤੇ ਜਾਂਦੇ ਆ, ਕੀ ਲਗਾਤਾਰ ਚੌਥੀ ਵਾਰੀ ਸੰਮਨ ਭੇਜੇ ਜਾਣ ਤੋਂ ਕੇਜਰੀਵਾਲ ਦੀ ਨਾਂਹ ਤੋਂ ਬਾਅਦ ਈਡੀ ਚੁੱਪ ਕਰਕੇ ਪੰਜਵੇਂ ਸੰਮਨ ਦੀ ਤਿਆਰੀ ਕਰਨ ਲੱਗ ਜਾਂਦੀ ਹੈ? ਕੀ ਇਹ ਨੂਰਾ ਕੁਸ਼ਤੀ ਹੈ? ਕੇਜਰੀਵਾਲ ਅੰਦਰ ਖਾਤੇ ਬੀਜੇਪੀ ਨਾਲ ਕੋਈ ਸਮਝੌਤੇ 'ਚ ਨੇ? ਕੀ ਇਹ ਬੀ ਟੀਮ ਆ, ਜਿੱਦਾਂ ਸਾਰੇ ਵਿਰੋਧੀ ਧਿਰ ਰੌਲਾ ਪਾਉਂਦੇ, ਸਾਰੇ ਵਿਰੋਧੀ ਧਿਰਾਂ ਦੇ ਸ਼ਬਦ ਆ ਜਿਹੜੇ ਮੈਂ ਤੁਹਾਨੂੰ ਪੁੱਛ ਰਿਹਾ ਸਵਾਲ ਆ, ਗੱਲ ਤੋਰਿਓ ਜ਼ਰਾ, ਗੱਲ ਟੇਢੀ ਹੋ ਗਈ। ਕੇਜਰੀਵਾਲ ਉਹਨਾਂ ਨੂੰ ਕੱਲ ਚੌਥਾ ਸੰਮਨ ਗਿਆ ਸੀਗਾ ਔਰ ਕੱਲ ਉਹਨਾਂ ਨੇ ਪੇਸ਼ ਹੋਣਾ ਸੀ, ਨਹੀਂ ਹੋਏ, ਇਹ ਗੱਲ ਤੇ ਸਾਰੇ ਜਾਣਦੇ ਨੇ। ਹੁਣ ਇਹ ਚਾਰ ਸੰਮਨ ਦੀ ਡੇਟ ਦੇਖੋ ਤੁਸੀਂ, ਨਵੰਬਰ 2 ਨੂੰ ਪਹਿਲਾ ਸੰਮਨ ਅਪੀਅਰ ਹੋਣਾ ਸੀ, ਫਿਰ ਦਸੰਬਰ 22 ਨੂੰ, ਉਸ ਤੋਂ ਬਾਅਦ ਉਹਨਾਂ ਨੂੰ ਜਨਵਰੀ 3 ਨੂੰ ਤੇ ਹੁਣ ਜਨਵਰੀ 18 ਨੂੰ। ਇਹਨਾਂ ਚਾਰੋਂ ਸੰਮਨ ਦਾ ਸੇਮ ਜਵਾਬ, ਸੇਮ ਤਰਜ਼ ਦੇ ਉੱਤੇ ਜਵਾਬ ਇੱਕ ਚਿੱਠੀ ਦੇ ਰੂਪ ਵਿੱਚ ਈਡੀ ਨੂੰ ਭੇਜਿਆ ਜਾ ਚੁੱਕਿਆ, ਜਿਹਦੇ ਵਿੱਚ ਕਿਹਾ ਗਿਆ ਮੈਨੂੰ ਬਤੌਰ ਸਸਪੈਕਟ ਬੁਲਾ ਲਿਓ, ਮੈਨੂੰ ਬਤੌਰ ਚੀਫ ਮਿਨਿਸਟਰ ਬੁਲਾ ਰਹੇ ਹੋ। ਇਹ ਸਾਰੀ ਗੱਲਾਂ ਰਿਪੀਟ ਹੋਣੀ, ਪਰ ਇਹ ਨਵੀਂ ਜਿਹੜੀ ਚਿੱਠੀ ਹੈ ਜਾਂ ਨਵੀਂ ਜਿਹੜੀ ਗੱਲ ਕੀਤੀ ਹੈ ਕੇਜਰੀਵਾਲ ਉਹਨਾਂ ਨੇ ਕੱਲ੍ਹ ਦੇ ਸੰਮਨ ਤੋਂ ਬਾਅਦ, ਉਹ ਕਹਿੰਦੇ ਨੇ ਮੈਨੂੰ ਤੇ ਇਸ ਸੰਮਨ ਦੀ ਲੈਂਗੁਏਜ ਦੇ ਉੱਤੇ ਵੀ ਇਤਰਾਜ਼ ਹੈ ਔਰ ਇਹਦੇ ਵਿੱਚ ਜਿਹੜੇ ਸ਼ਬਦ ਮੇਰੇ ਵਾਸਤੇ ਯੂਜ਼ ਕੀਤੇ ਗਏ ਨੇ ਉਹਦੇ ਤੋਂ ਜ਼ਾਹਿਰ ਹੁੰਦਾ ਹੈ ਕਿ ਬਈ ਮੇਰੀ ਬੇਇੱਜ਼ਤੀ ਹੈ ਮੇਰੇ ਵਾਸਤੇ, ਮੇਰੇ ਕਰਕੇ ਇਸ ਤਰ੍ਹਾਂ ਦੇ ਸੰਮਨ, ਉਹ ਕਹਿੰਦੇ ਬੀਜੇਪੀ ਵਾਲੇ ਕਹਿੰਦੇ ਨੇ ਮੈਨੂੰ ਅਰੈਸਟ ਕਰ ਲੈਣਾ। ਹੁਣ ਬੀਜੇਪੀ ਵਾਲਿਆਂ ਨੂੰ ਕਿੱਦਾਂ ਪਤਾ ਕਿ ਉਹਨਾਂ ਨੇ ਮੈਨੂੰ ਅਰੈਸਟ ਕਰਨਾ? ਹਾਲਾਂਕਿ ਅਰੈਸਟ ਕਰਨ ਦੀ ਗੱਲ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਹੀ ਪਿੱਛੇ ਕੀਤੀ ਸੀਗੀ, ਜਦ ਅਤੀਸ਼ੀ ਉਹਨਾਂ ਔਰ ਸੌਰਵ ਭਾਰਦਵਾਜ ਉਹਨਾਂ ਨੇ ਇਹ ਗੱਲ ਕੈਮਰੇ ਦੇ ਸਾਹਮਣੇ ਕੀਤੀ ਸੀ ਕਿ ਅੰਦੇਸ਼ਾ ਹੈਗਾ ਕਿ ਉਹਨਾਂ ਨੂੰ ਅਰੈਸਟ ਕਰ ਲੈਣਾ। ਹੁਣ ਈਡੀ ਦੇ ਵੱਡੇ ਅਧਿਕਾਰੀਆਂ ਨਾਲ ਗੱਲ ਕਰਨ ਤੋਂ, ਸਾਬਕਾ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਤੀਜੇ ਸੰਮਨ ਤੋਂ ਬਾਅਦ ਈਡੀ ਕਦੀ ਵੀ ਕੇਜਰੀਵਾਲ ਉਹਨਾਂ ਨੂੰ ਅਰੈਸਟ ਕਰ ਸਕਦੀ ਸੀ ਜਾਂ ਕਰ ਸਕਦੀ ਹੈ। ਚੌਥਾ ਸੰਮਨ ਤੇ ਪੰਜਵੇਂ ਸੰਮਨ ਦੀ ਹੁਣ ਤਿਆਰੀ ਹੋ ਰਹੀ ਹੈ ਕਿ ਇਹ ਨੂਰਾ ਕੁਸ਼ਤੀ ਹੈ ਜਿਹੜਾ ਸਵਾਲ ਤੁਸੀਂ ਪੁੱਛਿਆ, ਕਿਉਂਕਿ ਹੇਮੰਤ ਸੋਰੇਨ ਜਿਹੜੇ ਝਾਰਖੰਡ ਦੇ ਮੁੱਖ ਮੰਤਰੀ ਆ ਉਹਨਾਂ ਨੂੰ 8 ਵਾਰ ਸੰਮਨ ਭੇਜ ਚੁੱਕੇ ਹੈ, ਜਦਕਿ ਈਡੀ ਦੇ ਕੋਲ ਕਾਨੂੰਨੀ ਤੌਰ ਤੇ ਇਹ ਇਖਤਿਆਰ ਹੈ ਕਿ 3 ਸੰਮਨ ਨੂੰ ਕੋਈ ਇਗਨੋਰ ਕਰੇ ਤੇ ਚੌਥੇ ਸੰਮਨ ਤੋਂ ਪਹਿਲੀ ਉਹਨੂੰ ਕਦੀ ਵੀ ਜਾ ਕੇ ਅਰੈਸਟ ਕੀਤਾ ਜਾ ਸਕਦਾ। ਇਹਦੇ ਪਿੱਛੇ ਕੀ ਪੋਲਿਟਿਕਸ ਹੈ ਇਹਨੂੰ ਸਮਝਣ ਦੀ ਤੇ ਅਸੀਂ ਕਈ ਵਾਰ ਕੋਸ਼ਿਸ਼ ਕਰਦੇ ਹਾਂ, ਲੇਕਿਨ ਇਹ ਗੱਲ ਹੁਣ ਅੱਗੇ ਪੰਜਵੇਂ ਸੰਮਨ ਵੱਲ ਵੱਧ ਰਹੀ ਹੈ, ਪੰਜਵੇਂ ਤੋਂ ਬਾਅਦ ਹੋ ਸਕਦਾ 6ਵਾਂ, 7ਵਾਂ, 8ਵਾਂ, ਲੇਕਿਨ ਲੋਕ ਸਭਾ ਇਲੈਕਸ਼ਨ ਤੋਂ ਪਹਿਲੇ ਕਦੀ ਵੀ ਈਡੀ ਐਕਸ਼ਨ ਲੈ ਸਕਦੀ ਹੈ, ਈਡੀ ਐਕਸ਼ਨ ਮੋਡ ਦੇ ਵਿੱਚ ਆ ਸਕਦੀ ਹੈ, ਇਸ ਤਰੀਕੇ ਦੀ ਗੱਲਾਂ ਵੀ ਨਿਕਲੀਆਂ। ਔਰ ਜਦ ਸਾਬਕਾ ਅਧਿਕਾਰੀ ਨਾਲ ਮੈਂ ਗੱਲ ਕਰ ਰਿਹਾ ਸੀ ਤੇ ਉਹਦੇ ਵਿੱਚ ਇਹ ਗੱਲ ਆਈ ਕਿ ਬਹੁਤ ਘੱਟ ਕੇਸਾਂ ਦੇ ਵਿੱਚ 3 ਤੋਂ ਵੱਧ ਸੰਮਨ ਭੇਜੇ ਜਾਂਦੇ ਨੇ, ਤੀਜੇ ਤੋਂ ਬਾਅਦ ਐਕਸ਼ਨ ਲੈ ਲਿੱਤਾ ਜਾਂਦਾ, ਲੇਕਿਨ ਹਾਂ ਕੋਈ ਪੋਲੀਟੀਕਲ ਪ੍ਰੈਸ਼ਰ ਹੋਏ ਜਾਂ ਕੋਈ ਪੋਲੀਟੀਕਲ ਰੀਜ਼ਨ ਹੋਏ ਤੇ ਉਹਦੇ ਵਿੱਚ ਜ਼ਰੂਰ ਤੀਜੇ ਚੌਥੇ ਪੰਜਵੇਂ ਸੰਮਨ ਤੱਕ ਗੱਲ ਆਉਂਦੀ ਹੈ। ਯਾਨੀ ਇਹਨਾਂ ਗੱਲਾਂ ਤੋਂ ਇਹ ਗੱਲ ਸਾਬਿਤ ਹੁੰਦੀ ਹੈ ਕਿ ਇਹਦੇ ਪਿੱਛੇ ਪੋਲੀਟੀਕਲ ਰੀਜ਼ਨਸ ਵੀ ਹੈਗੇ, ਕੈਲਕੂਲੇਸ਼ਨਸ ਨੇ ਇਹਦੇ ਆਪਣੇ ਆਪਣੇ ਭਾਸਕਰ ਸਾਹਿਬ ਹੋ ਸਕਦੇ ਆ। ਕੈਲਕੂਲੇਸ਼ਨਸ ਇਹ ਵੀ ਨੇ ਕਿ ਟਾਈਮਿੰਗ ਨੂੰ ਲੈ ਕੇ ਹੋਰ ਨੇੜੇ ਲੋਕ ਸਭਾ ਤੇ ਜਾਇਆ ਜਾ ਰਿਹਾ, ਦੂਜੀ ਗੱਲ ਕਿ ਜਿਹੜੇ ਬੰਦੇ ਅੰਦਰ ਨੇ, ਪਿਛਲੀ ਵਾਰੀ ਮਾਣਯੋਗ ਸੁਪਰੀਮ ਕੋਰਟ ਚ ਜਦੋਂ ਸੁਣਵਾਈ ਹੋਈ ਸੀ
ਤਾਂ ਜਿਹੜੀ ਮਨੀ ਟ੍ਰੇਲ ਦੀ ਗੱਲ ਚੱਲੀ ਸੀਗੀ ਕਿ ਸੰਭਾਵਿਤ ਹੈ, ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਪੁੱਛਿਆ ਸੀਗਾ ਈਡੀ ਦੇ ਵਕੀਲਾਂ ਨੂੰ ਕਿ ਇਹ ਕਦੋਂ ਤੱਕ ਤੁਸੀਂ ਟ੍ਰਾਇਲ ਲਈ ਤਿਆਰ ਹੋ ਜਾਂ ਕਦੋਂ ਤੱਕ ਟ੍ਰਾਇਲ ਦੇ ਵਿੱਚ ਚਲੇ ਜਾਏਗਾ ਮਾਮਲਾ, ਤਾਂ ਉਹਨਾਂ ਨੇ 7-8 ਮਹੀਨੇ ਦਾ ਸਮਾਂ ਮੰਗਿਆ ਸੀ ਕਿ ਇਸ ਮਾਮਲੇ ਨੂੰ ਹੋਰ ਲਟਕਾਉਣ ਲਈ, ਕਿ ਅਜੇ ਤਾਂ ਅਸੀਂ ਪੁੱਛਗਿੱਛ ਕਰਨੀ ਹੈ ਜੀ ਪਾਰਟੀ ਦੇ ਪ੍ਰਧਾਨ ਸੁਪਰੀਮੋ ਕਨਵੀਨਰ ਤੋਂ, ਇਹ ਮਾਮਲੇ ਕੈਲਕੂਲੇਸ਼ਨ ਦੇ ਨਾਲ ਅੱਗੇ ਵਧ ਰਿਹਾ, ਜਾਂ ਫਿਰ ਇੰਜ ਵੀ ਆ ਕਿ ਅਸੀਂ ਸਿਰਫ ਤਲਵਾਰ ਲਟਕਾ ਕੇ ਰੱਖੀਏ ਔਰ ਤਲਵਾਰ ਲਟਕੀ ਰਵੇ ਡਰ ਬਣਿਆ ਰਹਿੰਦਾ? ਤੇ ਇਹਦੇ ਵਿੱਚ ਇੱਕ ਹੋਰ ਸਵਾਲ ਜਿਹੜਾ ਭਾਸਕਰ ਸਰ ਤੁਹਾਨੂੰ ਹੀ ਮੈਂ ਐਡਰੈਸ ਕਰਨ ਨੂੰ ਕਹੂੰਗਾ, ਬੜਾ ਅਸੀਂ ਕਾਹਲੀ ਚ ਨਿਪਟਾਵਾਂਗੇ, ਕਿ ਜਦੋਂ ਰਾਘਵ ਚੱਡਾ ਇੰਡੀਆ ਗੱਠਜੋੜ ਨਾਲ ਪੀਂਘ ਦੀ ਗੱਲ ਕਰ ਰਿਹਾ, ਆਮ ਆਦਮੀ ਪਾਰਟੀ ਦੇ ਕਾਫੇ ਵੱਡੇ ਆਗੂ ਇੰਡੀਆ ਗੱਠਜੋੜ ਦੀ ਭਾਜਪਾ ਦੇ ਖਿਲਾਫ ਮਜ਼ਬੂਤੀ ਲਈ ਕੰਮ ਕਰ ਰਹੇ ਆ ਜਾਂ ਉਹਨਾਂ ਦੀ ਅਪਰੋਚ ਇਹ ਆ, ਤਾਂ ਇਹਨੂੰ ਆਪਾਂ ਨੂਰਾ ਕੁਸ਼ਤੀ ਕਹਿ ਕਿਵੇਂ ਸਕਦੇ ਹਾਂ ਵੀ ਇਹ ਬੀ ਟੀਮ ਆ ਜਿੱਦਾਂ ਵਿਰੋਧੀ ਧਿਰਾਂ ਕਹਿੰਦੀਆਂ ਨੇ? ਇਹ ਵੀ ਗੱਲ ਨੂੰ ਸਮਝਾਓ। ਤੰਵਰ ਸਾਹਿਬ ਇਸੇ ਕਰਕੇ ਛੱਡ ਕੇ ਚਲੇ ਗਏ, ਆਖੇ ਜਿਹਨੂੰ ਮੈਂ ਛੱਡ ਕੇ ਆਇਆ ਸੀ ਤੁਸੀਂ ਉਹਦੇ ਨਾਲ ਗਲਵਕੜੀ ਪਾਉਣ ਨੂੰ ਫਿਰਦੇ, ਤੁਹਾਡੇ ਨਾਲ ਕੀ ਸਾਂਝ? ਇਸੇ ਤਰੀਕੇ ਨਾਲ ਇਹ ਜਿਹੜੀ ਪੰਜਾਬ ਦੇ ਗੁਆਂਢ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸਾਰੇ ਮਾਮਲੇ ਨੇ, ਇਹਨਾਂ ਨਾਲ ਇੱਕ ਵਾਰੀ ਸਾਰੀ ਸਥਿਤੀ ਨੂੰ ਸਮਝਾਓ। ਜਿੱਥੇ ਤੱਕ ਇਹ ਗੱਲ ਇੰਡੀਆ ਗਠਬੰਧਨ ਦੀ ਹੈ, ਕੱਲ ਰਾਘਵ ਚੱਡੇ ਉਹਨਾਂ ਚੰਡੀਗੜ੍ਹ ਦੇ ਮੇਅਰ ਦੇ ਮੁੱਦੇ ਦੇ ਉੱਤੇ ਮੀਡੀਆ ਦੇ ਨਾਲ ਗੱਲ ਕਰ ਰਹੇ ਸੀ ਔਰ ਇਹ ਗੱਲ ਬਾਰ ਬਾਰ ਕਹਿ ਰਹੇ ਸੀ ਕਿ ਇੰਡੀਆ ਗਠਬੰਧਨ ਹੁਣ ਜਿੱਤ ਵੱਲ ਵੱਧ ਰਿਹਾ ਔਰ ਚੰਡੀਗੜ੍ਹ ਤੋਂ ਇਹ ਮੇਅਰ ਦੇ ਇਲੈਕਸ਼ਨ ਉਹਦਾ ਇੱਕ ਪਹਿਲਾ ਐਗਜ਼ਾਮਪਲ ਸੀਗਾ। ਦੂਜੇ ਪਾਸੇ ਜਿਹੜੇ ਅਸ਼ੋਕ ਤੰਵਰ ਰਿਜ਼ਾਈਨ ਦਿੰਦੇ ਨੇ, ਹਰਿਆਣਾ ਦੇ ਵੱਡੇ ਲੀਡਰ ਸੀਗੇ, ਕਾਂਗਰਸ ਦੇ ਵਿੱਚ ਵੀ ਹੁੰਦੇ ਸੀ, TMC ਦੇ ਵਿੱਚ ਵੀ ਹੁੰਦੇ ਸੀ, ਤੇ ਹੁਣ ਆਮ ਆਦਮੀ ਪਾਰਟੀ ਤੋਂ ਰਿਜ਼ਾਈਨ ਦੇਣ ਦੇ ਵਿੱਚ ਆਪਣੇ ਰੈਜ਼ਿਗਨੇਸ਼ਨ ਲੈਟਰ ਦੇ ਵਿੱਚ ਇਹ ਲਿਖਦੇ ਨੇ, ਕਿਉਂਕਿ ਇੰਡੀਆ ਗਠਬੰਧਨ ਦੇ ਨਾਲ ਅਲਾਇੰਸ ਕਰ ਰਹੀ ਹੈ ਜਾਂ ਕਾਂਗਰਸ ਦੇ ਨਾਲ ਅਲਾਇੰਸ ਕਰ ਰਹੀ ਹੈ ਆਮ ਆਦਮੀ ਪਾਰਟੀ, ਇਹ ਮੇਰੇ ਐਥਿਕਸ ਅਲਾਓ ਨਹੀਂ ਕਰਦੇ ਕਿ ਮੈਂ ਹੁਣ ਪਾਰਟੀ ਦੇ ਵਿੱਚ ਕੰਟੀਨਿਊ ਰੱਖਾਂ। ਯਾਨੀ ਉਹ ਵੀ ਇਸ ਗੱਲ ਨੂੰ ਮੰਨ ਕੇ ਚੱਲ ਰਹੇ ਨੇ ਕਿਉਂਕਿ ਉਹ ਪਾਰਟੀ ਦੇ ਅੰਦਰੂਨੀ ਹਿੱਸੇਦਾਰ ਸੀਗੇ, ਉਹਨਾਂ ਨੂੰ ਤਾਂ ਪਤਾ ਹੀ ਹੋਏਗਾ ਕਿ ਵੀ ਇੰਡੀਆ ਗਠਬੰਧਨ ਜਾਂ ਕਾਂਗਰਸ ਦਾ ਅਲਾਇੰਸ ਹਰਿਆਣਾ ਦੇ ਵਿੱਚ ਹੋ ਰਿਹਾ ਔਰ ਦੂਜੇ ਪਾਸੇ ਰਾਘਵ ਚੱਡਾ ਉਹਨਾਂ ਕਹਿ ਰਹੇ ਨੇ ਕਿ ਅਲਾਇੰਸ ਹੋ ਗਿਆ, ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ 13-13 ਤੇ ਲੜੋਗੇ, ਯਾਨੀ ਸਾਰਾ ਕਨਫਿਊਜ਼ਨ ਜ਼ਰੂਰ ਬਣਿਆ ਹੋਇਆ ਔਰ ਇੰਟਰਨਲ ਪੋਲੀਟਿਕਸ ਬੀ ਟੀਮ ਵਾਲੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਔਰ ਜਦ ਕੇਜਰੀਵਾਲ ਉਹਨਾਂ ਨੂੰ ਸੰਮਨ ਜਾਂਦੇ ਨੇ ਤੇ ਕੁਛ ਕਾਂਗਰਸ ਦੇ ਲੀਡਰ ਜਾਂ ਆਪੋਜੀਸ਼ਨ ਦੇ ਲੀਡਰ ਇਹ ਗੱਲ ਕਹਿੰਦੇ ਨੇ ਕਿ ਇਹ ਇੱਕ ਨੂਰਾ ਕੁਸ਼ਤੀ ਹੈ, ਇਹ ਸਾਰੀ ਗੱਲਾਂ ਪੋਲੀਟੀਕਲ ਕਨਫਿਊਜ਼ਨ ਦੀ ਤਰਫ ਤੇ ਵਧਵਾ ਰਹੀ ਹੈ, ਲੇਕਿਨ ਅਲਟੀਮੇਟਲੀ ਇਹਨਾਂ ਸਾਰੀ ਗੱਲਾਂ ਤੋਂ ਕਿਹੜੀ ਗੱਲ ਸਹੀ ਹੈ ਉਹ ਕਹਿਣਾ ਹਜੇ ਬਹੁਤ ਮੁਸ਼ਕਿਲ ਹੈ। ਇੰਦਰਪ੍ਰੀਤ ਜੀ, ਅਸੀਂ ਪੰਜਾਬ ਨੂੰ ਵੀ ਇਸੇ ਤਰਜ਼ ਤੇ ਅੱਗੇ ਜੇ ਵਧਾ ਲਈਏ ਤਾਂ 21 ਬੜੀ ਅਹਿਮ ਦਿਨ ਹੈ। 21 ਤਰੀਕ ਵਾਲੇ ਦਿਨ ਮੋਗਾ ਚ ਨਵਜੋਤ ਸਿੰਘ ਸਿੱਧੂ ਇੱਕ ਵਾਰੀ ਫਿਰ ਪੁਰਾਣੇ ਕਾਂਗਰਸੀਆਂ ਦੇ ਇਕੱਠ ਦੇ ਵਿੱਚ ਖੜੇ ਹੋਣਗੇ, ਉਹਨਾਂ ਦੇ ਆਸੇ ਪਾਸੇ ਕੀ ਕੋਈ ਮੌਜੂਦਾ ਅਹੁਦੇਦਾਰ ਵੀ ਖੜਾ ਹੋਊਗਾ? ਇਹਦੀ ਸੰਭਾਵਨਾ ਬਹੁਤ ਘੱਟ ਆ। ਜਿਹੜੀ ਇਹ ਲੜਾਈ ਆ ਇਹ ਸਿਖਰ ਵੱਲ ਵੱਧਦੀ ਦਿਸ ਰਹੀ ਹੈ। ਨਵਜੋਤ ਸਿੰਘ ਸਿੱਧੂ ਨਾਲ ਦਵਿੰਦਰ ਯਾਦਵ ਦੀਆਂ ਮੀਟਿੰਗਾਂ ਤੋਂ ਬਾਅਦ ਇਹ ਗੱਲ ਮੰਨੀ ਜਾ ਰਹੀ ਸੀਗੀ ਕਿ ਹੁਣ ਇਸ ਤੋਂ ਅੱਗੇ ਜੇ ਨਵਜੋਤ ਸਿੰਘ ਸਿੱਧੂ ਵਧਣਗੇ ਤਾਂ ਸਟੇਟ ਦੀ ਜਿਹੜੀ ਮੌਜੂਦਾ ਲੀਡਰਸ਼ਿਪ ਉਹਦੇ ਨਾਲ ਟਕਰਾਅ ਹੋਰ ਵਧੂਗਾ, ਉਹ ਇਕਜੁੱਟ ਹੋ ਕੇ ਹੋਰ ਜ਼ੋਰਦਾਰ ਹੱਲੇ ਨਾਲ ਹਾਈਕਮਾਂਡ ਕੋ ਜਾਣਗੇ ਕਿ ਇਹ ਸਾਡੇ ਹਲਕਿਆਂ ਚ ਜ਼ਿਲ੍ਹਿਆਂ ਦੇ ਵਿੱਚ ਪਾੜ ਪਾ ਰਹੇ ਆ। ਕਾਂਗਰਸ ਨਾਲ ਸਮੇਂ ਸਮੇਂ ਦੇ ਉੱਤੇ ਵੱਖ ਵੱਖ ਚੋਣਾਂ ਮੌਕੇ ਜਿਹਨਾਂ ਨੇ ਵਫ਼ਾਦਾਰੀ ਨਹੀਂ ਦਿਖਾਈ ਜਦੋਂ ਉਹਨਾਂ ਨੂੰ ਅੱਗੇ ਲਿਆਂਦਾ ਜਾਂਦਾ ਮੇਨ ਸਟ੍ਰੀਮ ਚ ਮੇਨ ਸਟੇਜ ਤੇ ਤਾਂ ਸਾਡੇ ਉੱਥੇ ਧੜੇਬੰਦੀਆਂ ਵੱਧਦੀਆਂ ਨੇ। ਮੈਂ ਤੁਹਾਡੇ ਤੋਂ ਕਾਂਗਰਸ ਦੀ ਇਹ ਸਾਰੀ ਕਵਾਇਦ ਨੂੰ ਸਮਝਣ ਦਾ ਯਤਨ ਕਰਨਾ ਚਾਹੁੰਦਾ ਹਾਂ, ਮੈਨੂੰ ਵੀ ਸਮਝਾਓ ਜ਼ਰਾ ਕਿ ਇਹ ਕਿੱਦਾਂ ਪਾਰ ਪਾਉਣਗੇ? ਸਿੱਧੂ ਉਨੇ ਹੁਲਾਸ ਨਾਲ ਉਨੇ ਜ਼ੋਰਦਾਰ ਤਰੀਕੇ ਨਾਲ ਪੇਸ਼ ਹੋ ਸਕਣਗੇ ਜਦੋਂ ਇੱਕ ਤਲਵਾਰ ਦੀ ਲਟਕੀ ਹੋਊਗੀ? ਔਰ ਕਾਂਗਰਸ ਦੀ ਹਾਈਕਮਾਂਡ ਜਿਹੜੀ ਇਹ ਪੰਜਾਬ ਵਾਲੀ ਆ, ਇਹ ਤਿੰਨੇ ਚੋਵੇ ਲੀਡਰ ਹੁਣ ਜ਼ੋਰਦਾਰ ਵਿਰੋਧ ਕਰ ਸਕਣਗੇ? ਸਿੱਧੂ ਤਾਂ ਜੇ ਚੁੱਪ ਚਪੀਤੇ ਭਾਣਾ ਜਿਹਾ ਮੰਨ ਕੇ ਉੱਪਰ ਚਿੱਠੀ ਦੀ ਲਿਖਣਗੇ ਜਾਂ ਉੱਤੇ ਕਹਿ ਦੇਣਗੇ ਜੀ ਆਹ ਮਾੜਾ ਜਿਹਾ ਦੇਖਿਓ ਜੀ ਆਹ ਵੇਖ ਲਓ ਫਿਰ ਕੀ ਕਰੀ ਜਾਂਦਾ, ਰੋਂਦੂਆਂ ਜਿਹਾ ਨਿਆਣਿਆਂ ਵਾਂਗ ਕੀ ਕਹਿੰਦੇ।
ਮੈਨੂੰ ਲੱਗਦਾ ਕਿ ਦੇਖੋ ਦੋ ਚੀਜ਼ਾਂ ਇਹਦੇ ਵਿੱਚ ਹੈਗੀਆਂ ਨੇ ਰੰਧਾਵਾ ਸਾਹਿਬ। ਇੱਕ ਤਾਂ ਜਿਹੜਾ ਤੁਸੀਂ ਗੱਲ ਕੀਤੀ ਨਾ ਨਵਜੋਤ ਸਿੱਧੂ ਤੇ ਸਟੇਟ ਲੀਡਰਸ਼ਿਪ ਦੀ, ਉਹਦੇ ਚ ਸਭ ਤੋਂ ਬੜੀ ਗੱਲ ਦੋ, ਪਹਿਲਾਂ ਆਪਾਂ ਇਸ ਚ ਗੱਲ ਕਰ ਚੁੱਕਿਆ ਕਿ 21 ਔਰ 24 ਜਿਹੜੀ ਮੋਗੇ ਤੇ ਕਰਤਾਰਪੁਰ ਸਾਹਿਬ ਵਾਲੀ ਰੈਲੀ ਹੈ, ਇਹਦੇ ਲਈ ਤਾਂ ਉਹਨੇ ਕਹਿਤਾ ਦਵਿੰਦਰ ਯਾਦਵ ਹੋਰਾਂ ਨੂੰ ਵੀ ਕਿ ਇਹ ਰੈਲੀਆਂ ਤਾਂ ਮੈਂ ਕਰੂੰਗਾ ਕਿਉਂਕਿ ਮੇਰੀ ਤਿਆਰੀ ਹੋ ਚੁੱਕੀ ਹੈ ਉੱਥੇ ਤੇ ਮੈਂ ਸਾਰਿਆਂ ਨੂੰ ਆਪਣਾ ਪ੍ਰੋਗਰਾਮ ਦੇ ਚੁੱਕਿਆ। ਇਹ ਤਾਂ ਉਹਨਾਂ ਨੇ ਕਰਨੀ ਕਰਨੀ ਹੈ, ਮੈਨੂੰ ਲੱਗਦਾ ਕਿ ਇਸ ਤੋਂ ਪਿੱਛੇ ਹਟਣਗੇ ਨਹੀਂ। 21 ਤਾਂ ਪਰਸੋਂ ਆਈ ਲੋ, ਹਾਂ ਉਸ ਤੋਂ ਬਾਅਦ ਅਗਰ ਕੋਈ ਰੈਲੀ ਰੱਖਦੇ ਆ ਤਾਂ ਫਿਰ ਮੈਨੂੰ ਲੱਗਦਾ ਕਿ ਫਿਰ ਤਾਂ ਸਿੱਧਾ ਸਿੱਧਾ ਇਹ ਹੋਊਗਾ ਕਿ ਤੁਸੀਂ ਲੀਡਰਸ਼ਿਪ ਨੂੰ ਚੁਣੌਤੀ ਦੇ ਹੀ ਰਹੇ ਹੋ। ਮਤਲਬ ਖਾਸ ਤੌਰ ਤੇ ਇਹਦੇ ਚ ਤਾਂ ਹੁਣ ਫਿਰ 50 ਮਾਮਲੇ ਦੇ ਪ੍ਰਭਾਰੀ ਵੀ ਆ ਜਾਣਗੇ ਜਿਨ੍ਹਾਂ ਨੂੰ ਇਹਨਾਂ ਨੇ ਆਸ਼ਵਾਸਨ ਦਿੱਤਾ ਕਿ 24 ਤੋਂ ਬਾਅਦ ਮੈਂ ਨਹੀਂ ਕਰੂੰਗਾ। ਹੁਣ ਇਹ ਉਸ ਤੋਂ ਮਤਲਬ 21 ਤੇ 24 ਤੋਂ ਤਾਂ ਨਹੀਂ, ਲੇਕਿਨ 24 ਤੋਂ ਅਗਲੀ ਅਗਰ ਕੋਈ ਹੋਈ ਤਾਂ ਇਹ ਕਲੀਅਰ ਕੱਟ ਹੈ। ਦੂਜੀ ਗੱਲ ਜਿਹੜੀ ਤੁਸੀਂ ਉਹ ਹੈਗੀ ਹੈ ਲੀਡਰਸ਼ਿਪ ਦੀ, ਜਿਹੜੀ ਜਿੰਨੇ ਵੀ ਕਾਂਗਰਸ ਦੇ ਸਾਈਡ ਲਾਈਨ ਲੀਡਰਸ ਨੇ ਜਿਨ੍ਹਾਂ ਨੂੰ ਕੋਈ ਪੁੱਛ ਨਹੀਂ ਰਿਹਾ ਔਰ ਕਦੇ ਟਾਈਮ ਚ ਉਹ ਚੰਗੀਆਂ ਪੋਜੀਸ਼ਨਾਂ ਚ ਸੀ, ਉਹਨਾਂ ਸਾਰੇ ਲੀਡਰਸ ਨੂੰ ਸਿੱਧੂ ਸਾਹਿਬ ਇੱਕ ਮੰਚ ਤੇ ਇਕੱਠਾ ਕਰ ਰਹੇ ਹੈ। ਤਾਂ ਏਦਾਂ ਲੱਗ ਰਿਹਾ ਕਿ ਜਿਵੇਂ ਇੱਕ ਵੱਡਾ ਧੜਾ ਵਿਦ ਇਨ ਪਾਰਟੀ ਖੜਾ ਕਰ ਰਿਹਾ। ਹਜੇ ਤੱਕ ਇਹ ਸੀਗਾ ਕਿ ਨਵਜੋਤ ਸਿੱਧੂ ਦਾ ਕੋਈ ਧੜਾ ਨਹੀਂ ਸੀ, ਉਹ ਮਤਲਬ ਕਿਉਂਕਿ ਬਾਹਰੋਂ ਆਏ ਹੋਏ ਸੀ, 17 ਚ ਤਾਂ ਹਜੇ ਪਾਰਟੀ ਜੁਆਇਨ ਕੀਤੀ ਹੈ ਤਾਂ ਉਹਨਾਂ ਨੇ ਧੜੇਬੰਦੀ ਤਾਂ ਕੀ ਕਰਨੀ ਸੀ। ਉਦੋਂ ਨਾਲ ਦੀ ਨਾਲ ਇਲੈਕਸ਼ਨ ਆ ਗਏ, ਇਲੈਕਸ਼ਨਾਂ ਚ ਤੁਰੰਤ ਜਿੱਤ ਕੇ ਉਹ ਮਿਨਿਸਟਰ ਬਣ ਗਏ ਤਾਂ ਉਹਨਾਂ ਨੂੰ ਤਾਂ ਧੜੇਬੰਦੀ ਕਰਨ ਦਾ ਕਦੇ ਮੌਕਾ ਹੀ ਨਹੀਂ ਮਿਲਿਆ। ਲੇਕਿਨ ਹੁਣ ਉਹਨਾਂ ਕੋਲੇ ਮੌਕਾ ਹੈ ਕਿ ਉਹ ਆਪਣਾ ਵੀ ਇੱਕ ਵੱਡਾ ਧੜਾ ਕਾਇਮ ਕਰਨ ਤੇ ਪਾਰਟੀ ਦੇ ਉੱਤੇ ਦਬਾਅ ਬਣਾ ਕੇ ਰੱਖਣ ਕਿ ਇੰਨਾ ਬੰਦੇ ਤਾਂ ਮੇਰੇ ਨਾਲ ਵੀ ਹੈਗੇ ਨੇ, ਇਹਨਾਂ ਨਾਲ ਹੋ ਸਕਦਾ ਵਿਧਾਇਕ ਹੁਣ ਮੇਰੇ ਨਾਲ ਸਾਬਕਾ ਵਿਧਾਇਕ ਵੀ ਤਾਂ ਹੈਗੇ ਨੇ। ਹੁਣ ਕਈ ਸਾਬਕਾ ਵਿਧਾਇਕ ਹੁਣ ਇਹ ਮਹੇਸ਼ਿੰਦਰ ਗਰੇਵਾਲ ਮਹੇਸ਼ਿੰਦਰ ਨਿਹਾਲ ਸਿੰਘ ਵਾਲਾ ਦੀ ਤੁਸੀਂ ਗੱਲ ਕਰ ਰਹੇ ਸੀ, ਤਾਂ ਉਹ ਵੀ ਸਾਬਕਾ ਵਿਧਾਇਕ ਰਹੇ ਨੇ। ਤਾਂ ਇਸ ਤਰ੍ਹਾਂ ਦੇ ਬੰਦੇ ਕਈ ਹੈਗੇ ਨੇ ਉਹਨਾਂ ਕੋਲੇ। ਹੁਣ ਉੱਥੇ ਲੜਾਈ ਤਾਂ ਛਿੜੀ ਹੋਈ ਹੈ, ਮੋਗੇ ਦੇ ਵਿੱਚ ਅੱਜ ਲੜਾਈ ਜਿਹੜੀ ਚੱਲ ਰਹੀ ਹੈ ਉਹ ਇੱਕ ਪਾਸ ਦੇਖੋ ਕਾਂਗਰਸ ਹੀ ਕਾਂਗਰਸ ਨੂੰ ਹਰਾ ਰਹੀ ਹੈ ਉੱਥੇ, ਮਤਲਬ ਕਾਂਗਰਸ ਹੀ ਕਾਂਗਰਸ ਦੀ ਰੈਲੀ ਨੂੰ ਕਾਮਯਾਬ ਨਹੀਂ ਹੋਣ ਦੇਣਾ ਚਾਹੁੰਦੀ। ਇੱਕ ਪਾਸੇ ਤਾਂ ਜਿਹੜੇ ਲੀਡਰਸ਼ਿਪ ਹੈ ਜਿਹੜੀ ਮੇਨ ਸਟ੍ਰੀਮ ਚ ਹੈ ਉਹ ਕਹਿ ਰਹੀ ਹੈ ਕਿ ਰੈਲੀ ਦੇ ਵਿੱਚ ਤੁਸੀਂ ਨਾ ਜਾਓ, ਸਾਰੇ ਵਰਕਰਾਂ ਨੂੰ ਮਨਾ ਕਰ ਰਿਹਾ, ਜਦਕਿ ਦੂਸਰੇ ਪਾਸੇ ਜਿਹੜੇ ਸਾਬਕਾ ਲੀਡਰ ਹੈਗੇ ਨੇ ਕਿਸੇ ਟਾਈਮ ਉਹ ਰਹੇ ਨੇ ਉਹ ਜਿਹੜੇ ਵੀ ਮਤਲਬ ਆਰਗਨਾਈਜ਼ ਕਰ ਰਹੇ ਸਾਰਾ ਉਹਨੂੰ ਉਹਦੇ ਚੋਂ ਲੱਗੇ ਹੋਇਆ ਕਿ ਨਹੀਂ ਅਸੀਂ ਰੈਲੀ ਕਾਮਯਾਬ ਕਰਨੀ ਹੈ। 5 ਤੋਂ 7 ਹਜ਼ਾਰ 10 ਕੁ ਹਜ਼ਾਰ ਬੰਦਾ ਇਕੱਠਾ ਕਰਨਾ ਨਵਜੋਤ ਸਿੱਧੂ ਵਾਸਤੇ ਕੋਈ ਔਖਾ ਨਹੀਂ ਹੈ, ਉਹਦੇ ਨਾਂ ਤੇ ਆ ਹੀ ਜਾਂਦੇ ਆ, ਸੁਣਨ ਉਹਨਾਂ ਨੂੰ ਆ ਜਾਂਦੇ ਆ, ਇੰਨੇ ਕੁ ਲੋਕ ਵੀ ਲੈ ਆਉਂਦੇ ਆ, ਤੇ ਜੇ ਇੰਨੀ ਕੁ ਰੈਲੀ ਉਹ ਕਾਮਯਾਬ ਕਰ ਲੈਂਦੇ ਆ ਤਾਂ ਮੈਨੂੰ ਲੱਗਦਾ ਕਿ ਇੱਕ ਚੁਣੌਤੀ ਤਾਂ ਫਿਰ ਹੋ ਹੀ ਜਾਂਦੀ ਹੈ ਸਾਰੀ ਲੀਡਰਸ਼ਿਪ ਨੂੰ। ਇਸ ਤਰ੍ਹਾਂ ਦੀ ਦੇਖੋ ਜਿਹੜੀ ਦੂਜੀ ਲੀਡਰਸ਼ਿਪ ਵੀ ਹੈਗੀ ਆ, ਚਾਹੇ ਉਹ ਰਾਜਾ ਵੜਿੰਗ ਹੋਣ ਜਾਂ ਉਹ ਹੁਣ, ਮੈਨੂੰ ਲੱਗਦਾ ਕਿ ਹੁਣ ਟਾਈਮ ਆ ਗਿਆ। ਅਗਰ ਹੁਣ ਵੀ ਇਹ ਕਾਂਗਰਸ ਇਸੇ ਤਰ੍ਹਾਂ ਹੀ ਕਰਦੀ ਰਹੂਗੀ ਤਾਂ ਫਿਰ ਵੋਟਰ ਕੋਲੇ ਕੋਈ ਥਰਡ ਅਲਟਰਨੇਟਿਵ ਅਪਣਾਉਣ ਦਾ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ, ਚਾਹੇ ਉਹ ਫਿਰ ਅਕਾਲੀ ਦਲ ਹੋਵੇ, ਚਾਹੇ ਉਹ ਬੀਜੇਪੀ ਹੋਵੇ, ਚਾਹੇ ਉਹ ਕਾਮਰੇਡ ਹੋਣ ਜਾਂ ਬਸਪਾ ਹੋਵੇ, ਕਿਸੇ ਵੀ ਥਾਂ ਉਹ ਜਾ ਸਕਦੇ ਆ। ਹਜੇ ਕਾਂਗਰਸ ਨੂੰ ਕਾਂਗਰਸ ਨੇ ਹੀ ਹਰਾਉਣਾ ਜੀ, ਕਾਂਗਰਸ ਨੂੰ ਕਾਂਗਰਸ ਨੇ ਹੀ ਹਰਾਉਣਾ ਹੈ। ਔਰ ਜਿਹੜੀ ਸਭ ਤੋਂ ਤੁਸੀਂ ਸਾਰਿਆਂ ਦਾ ਨਾਂ ਲਿਆ, ਆਮ ਆਦਮੀ ਪਾਰਟੀ ਦਾ ਨਾਂ ਨੀ ਲਿਆ, ਉੱਥੇ ਸਭ ਤੋਂ ਵੱਧ ਸਪੇਸ ਕਰ ਲਈ, ਉੱਥੇ ਵਰਕਰ ਵੀ ਨਹੀਂ, ਉਹਨਾਂ ਨਾਲ ਤਾਂ ਸਮਝੌਤਾ ਹੋ ਰਿਹਾ ਨਾ। ਮੈਂ ਕਿਹਾ ਜੀ ਉਹਨਾਂ ਵੱਲ ਹੀ ਜਾਣੇ ਨੇ, ਤੁਸੀਂ ਦੇਖਿਓ ਪੰਚ ਸਰਪੰਚ ਸਭ ਬਣਨੇ ਨੇ, ਉੱਥੋਂ ਕੌਂਸਲਰ ਬਣਨੇ ਨੇ, ਮੇਅਰ ਬਣਨੇ, ਕਈ ਕੁਛ ਹੋਣਾ ਹੈ, ਤੁਸੀਂ ਦੇਖਿਓ ਸਹੀ। ਕਾਂਗਰਸ ਦਾ ਵੱਡਾ ਕਾਡਰ ਆਮ ਆਦਮੀ ਪਾਰਟੀ ਦੀਆਂ ਮੁਰਲੀਆਂ ਕੁਰਸੀਆਂ ਤੇ ਬੈਠਾ ਹੋਇਆ ਕਰਨਾ, ਔਰ ਇਹ ਫਿਰ ਤੁਸੀਂ ਦੇਖਿਓ ਮੇਨ ਸਟ੍ਰੀਮ ਦੇ ਵਿੱਚ ਜਿਹੜੀਆਂ ਜਿਹੜੇ ਸ਼ਿਫਟ ਹੁੰਦੇ ਆ, ਜਿਹੜੇ ਫੈਸਲੇ ਹੁੰਦੇ ਆ ਮੌਕੇ ਦੇ, ਇਹੀ ਤਾਂ ਮਾਰਦੇ ਆ, ਇਹੀ ਤਾਂ ਖੜਾ ਕਰਦੇ ਆ। ਹੁਣ ਸਵਾਲ ਤੁਸੀਂ ਉਠਾਇਆ ਸੀਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਕਦੇ ਧੜੇਬੰਦੀ ਦਾ ਮੌਕਾ ਹੀ ਨਹੀਂ ਮਿਲਿਆ, ਉਹਨਾਂ ਨੂੰ ਕਦੇ ਧੜਾ ਬਣਾਉਣ ਦਾ ਮੌਕਾ ਹੀ ਨਹੀਂ ਮਿਲਿਆ।
ਕਾਂਗਰਸ ਨੇ ਤਾਂ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਦੀ ਰਜੀਮ ਦੇ ਵਿੱਚ ਹੀ ਇਹਨਾਂ ਨੂੰ ਕਾਂਗਰਸ ਦਾ ਪ੍ਰਧਾਨ ਬਣਾ ਕੇ ਤੜਾਈ ਇਹਨਾਂ ਦਾ ਇਕੱਲਾ ਰਹਿਣ ਦਿੱਤਾ ਸੀ, ਬਾਕੀ ਤਾਂ ਮਾਰ ਮੋੜ ਦਿੱਤੇ ਸੀਗੇ ਜਦੋਂ ਸੁਨੀਲ ਜਾਖੜ ਨੂੰ ਲਾਇਆ ਸੀ, ਇਹ ਤਾਂ ਉਦੋਂ ਵੀ ਧੜਾ ਨਹੀਂ ਕਾਇਮ ਕਰ ਸਕੇ। ਨਵਜੋਤ ਸਿੰਘ ਸਿੱਧੂ ਜੇ ਚਾਹੁੰਦੇ, ਅੱਛਾ ਉਹ ਵਕਤੀ ਤੌਰ ਤੇ ਨਿਕਲਦੇ ਆ, ਇਹ ਤੁਸੀਂ ਸੋਚੋ ਵੀ ਇਸ ਵਾਰੀ ਘੱਟੋ ਘੱਟੋ 27 ਤੱਕ ਤੁਰੇ ਰਹਿਣ, ਮੈਨੂੰ ਸ਼ੱਕ ਹੈ ਲੋਕ ਸਭਾ ਦੀ ਇਲੈਕਸ਼ਨ ਤੱਕ ਚੱਲਣਗੇ, ਉਸ ਤੋਂ ਬਾਅਦ ਹੱਥ ਠੁੱਕ ਕੇ ਫਿਰ ਬਹਿ ਜਾਣਗੇ। ਸਵਾਲ ਬਹੁਤ ਵੱਡਾ ਹੈ ਭਾਸਕਰ ਸਾਹਿਬ ਇਸ ਗੱਲ ਦਾ ਕਿ ਜਿਹੜੇ ਰਾਜਾ ਵੜਿੰਗ ਹੁਣ ਕੁਛ ਕਹਿ ਰਹੇ ਨੇ ਇਸੇ ਰੈਲੀ ਨੂੰ ਲੈ ਕੇ, ਇਹਨਾਂ ਦਾ ਹੁਣ ਜੇ ਰੈਲੀ ਹੋ ਜਾਂਦੀ ਹੈ ਤੇ ਫਿਰ ਮਨ ਮਹਿਸੂਸ ਕੇ ਬੈਠਣ ਤੋਂ ਬਿਨਾਂ ਵੀ ਕੁਝ ਕਰਨਗੇ ਤੁਹਾਨੂੰ ਲੱਗਦਾ? ਜਿੱਥੇ ਤੱਕ ਇਸ ਰੈਲੀ ਦੀ ਗੱਲ ਹੈਗੀ ਹੈ, ਜਦ ਨਵਜੋਤ ਸਿੰਘ ਸਿੱਧੂ 21 ਤਰੀਕ ਨੂੰ ਰੈਲੀ ਕਰ ਰਹੇ ਹੋਣਗੇ, ਤੁਸੀਂ ਦੇਖੋ ਰੈਲੀ ਦਾ ਮੋਟਿਵ ਕੀ ਹੋਏਗਾ। ਇਸ ਰੈਲੀ ਨੂੰ ਆਰਗੇਨਾਈਜ਼ ਕਰਨ ਦੇ ਪਿੱਛੇ ਨਵਜੋਤ ਸਿੰਘ ਸਿੱਧੂ ਸਰਕਾਰ ਨੂੰ ਘੇਰਨਗੇ, ਪਰ ਘਿਰ ਕੌਣ ਰਹੇ ਹੋਣਗੇ? ਉਹਨਾਂ ਦੀ ਆਪਣੀ ਪਾਰਟੀ ਦੇ ਲੀਡਰ। ਸਭ ਤੋਂ ਜ਼ਿਆਦਾ ਫਿਕਰ ਸਰਕਾਰ ਨੂੰ ਇੰਨਾ ਫਿਕਰ ਨਹੀਂ ਹੈ ਨਵਜੋਤ ਸਿੰਘ ਸਿੱਧੂ ਦੀ ਰੈਲੀ ਦਾ, ਜਿੰਨਾ ਕੁ ਕਾਂਗਰਸੀਆਂ ਨੂੰ ਫਿਕਰ ਹੈ ਕਿ ਰੈਲੀ ਕਾਮਯਾਬ ਹੋ ਗਈ ਤਾਂ ਦਿੱਕਤ, ਜੇ ਰੈਲੀ ਕਾਮਯਾਬ ਨਹੀਂ ਹੋਈ ਤਾਂ ਵੀ ਇਹ ਪੰਗਾ ਤੇ ਉੱਥੇ ਪਏਗਾ ਹੀ ਪਏਗਾ। ਹੁਣੇ ਮੇਰੀ ਥੋੜ੍ਹੀ ਦੇਰ ਪਹਿਲੇ ਹੀ ਬੜੇ ਵੱਡੇ ਇੱਕ ਕਾਂਗਰਸੀ ਲੀਡਰ ਨਾਲ ਗੱਲ ਹੋ ਰਹੀ ਸੀ, ਉਸ ਕਾਂਗਰਸੀ ਲੀਡਰ ਨੇ ਇਹ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਅਗਰ ਐਕਸ਼ਨ ਆਉਣ ਵਾਲੇ ਟਾਈਮ ਵਿੱਚ ਕੋਈ ਨਹੀਂ ਹੁੰਦਾ ਤੇ ਫਿਰ ਪਾਰਟੀ ਦੇ ਵਿੱਚ ਇੱਕ ਖਰਾਬ ਵਾਲੀ ਸਥਿਤੀ ਹੋਏਗੀ, ਔਰ ਇਸ ਮੁੱਦੇ ਨੂੰ ਪਾਰਟੀ ਬੜੇ ਪੁਰਜ਼ੋਰ ਤਰੀਕੇ ਨਾਲ ਪਾਰਟੀ ਦੇ ਲੀਡਰ ਅੱਗੇ ਹਾਈਕਮਾਨ ਦੇ ਸਾਹਮਣੇ ਫਿਰ ਦੁਬਾਰਾ ਰੱਖਣਗੇ। ਔਰ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ, ਚਰਨਜੀਤ ਸਿੰਘ ਚੰਨੀ ਪੂਰਵ ਮੁੱਖ ਮੰਤਰੀ, ਪਾਰਟੀ ਦੀ ਕਿਸੇ ਵੀ ਆਰਗੇਨਾਈਜੇਸ਼ਨ ਦੇ ਜਿਹੜੇ ਪਿੱਛੇ ਧਰਨਾ ਵੀ ਦਿੱਤਾ ਸੀ ਮੁਹਾਲੀ ਦੇ ਵਿੱਚ, ਉੱਥੇ ਆਏ ਨੇ ਔਰ ਗੱਲਾਂ ਇਹ ਚੱਲ ਰਹੀ ਹੈ ਕਿ ਉਹ ਬੀਜੇਪੀ ਦੇ ਸੰਪਰਕ ਵਿੱਚ ਨੇ। ਹੁਣ ਇਸ ਗੱਲ ਦੇ ਵਿੱਚ ਕਿੰਨਾ ਕੁ ਸੱਚੀ ਗੱਲ ਹੈਗੀ ਹੈ, ਔਰ ਕਹਿੰਦੇ ਨੇ ਪੈਕੇਜ ਹੈ ਮਹਿੰਦਰ ਸਿੰਘ ਕੇਪੀ ਔਰ ਚਰਨਜੀਤ ਸਿੰਘ ਚੰਨੀ, ਇਹ ਦੋਨੋਂ ਬੀਜੇਪੀ ਜੁਆਇਨ ਕਰ ਸਕਦੇ ਨੇ, ਇੱਦਾਂ ਦੀ ਗੱਲਾਂ ਕਾਂਗਰਸ ਹੀ ਕਰ ਰਹੇ ਨੇ। ਔਰ ਕਾਂਗਰਸ ਹੀ ਸਾਨੂੰ ਵੀ ਇਹ ਗੱਲ ਦੱਸਦੇ ਨੇ ਕਿ ਆਉਣ ਵਾਲੇ ਟਾਈਮ ਵਿੱਚ ਇੱਦਾਂ ਦਾ ਹੋ ਸਕਦਾ, ਕਿੰਨੀ ਕੁ ਸੱਚਾਈ ਹੈ ਪਤਾ ਨਹੀਂ, ਪਰ ਇਹ ਜਿਹੜੀ ਗੱਲਾਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਐਕਸ਼ਨ ਦੀ ਮੰਗ, ਇਹਨਾਂ ਸਾਰੀ ਗੱਲਾਂ ਨੂੰ ਕਲੱਬ ਕਰਕੇ ਦੇਖੀਏ ਤੇ ਕਾਂਗਰਸ ਇਸ ਅਲਾਇੰਸ ਜਿਹੜਾ ਇੰਡੀਆ ਗਠਬੰਧਨ ਦਾ ਹੋਣਾ ਹੈ ਉਸ ਤੋਂ ਪਹਿਲੇ ਹੀ ਆਪਸ ਵਿੱਚ ਲੜ ਕੇ ਖੂਨੋ ਖੂਨ ਨਾ ਹੋ ਜਾਣ, ਇਸ ਗੱਲ ਦਾ ਆਭਾਸ ਜ਼ਿਆਦਾ ਹੈ। ਚਰਨਜੀਤ ਸਿੰਘ ਚੰਨੀ ਬਾਰੇ ਭਾਸਕਰ ਸਾਹਿਬ ਅਜੇ ਤੁਸੀਂ ਦਾਅਵੇ ਨਾਲ ਨਹੀਂ ਕਹਿ ਸਕਦੇ, ਕਿਉਂਕਿ ਚਰਨਜੀਤ ਸਿੰਘ ਚੰਨੀ ਕਾਂਗਰਸ ਦੀਆਂ ਉੱਪਰਲੀਆਂ ਸਫਾਂ ਦੇ ਵਿੱਚ ਕਾਫੀ ਇੱਜ਼ਤ ਮਾਣ ਨਾਲ ਨਵਾਜੇ ਹੋਏ ਨੇ, ਔਰ ਉਹ ਆਪਣਾ ਸਮਾਂ ਤਾਂ ਟਪਾ ਰਹੇ ਹੋਣਗੇ ਕਿ ਮੈਂ ਕਿਸੇ ਧੜੇ 'ਚ ਜਾ ਕੇ ਬੁਰਾ ਕਿਉਂ ਬਣਾ, ਇਹ ਲੜ ਲੁੜ ਲੈਣ, ਕੱਲ ਨੂੰ ਜੇ ਕਾਂਗਰਸ ਦੇ ਚੰਗੇ ਨੰਬਰ ਬਣਦੇ ਹੋਏ ਤਾਂ ਮੈਂ ਨਾਲ ਚੱਲ ਪਊ, ਅੱਗੇ ਮੈਨੂੰ ਲਾ ਦੇਣਗੇ ਵੀ ਤੁਸੀਂ ਤਾਂ ਲੜੀ ਜਾਂਦੇ ਹੋ, ਸਾਡੇ ਕੋਲੇ ਬਿਹਤਰ ਇੱਕ ਚਿਹਰਾ ਹੈਗਾ ਬਹੁਜਨ ਦੇ ਵਿੱਚੋਂ। ਮੈਨੂੰ ਲੱਗਦਾ ਚਰਨਜੀਤ ਸਿੰਘ ਚੰਨੀ ਬਹੁਤ ਸੋਚ ਸਮਝ ਕੇ ਫੈਸਲਾ ਲੈਣਗੇ, ਅੰਦਰ ਖਾਤੇ ਸਾਜ ਤਾਂ ਤੁਰੀ ਰਹੂਗੀ, ਬੀਜੇਪੀ ਵੀ ਚਾਹੂਗੀ ਇਹੋ ਜਿਹੇ ਕੈਂਡੀਡੇਟ ਜਲੰਧਰ ਵਰਗੀ ਜਗ੍ਹਾ ਤੇ ਚਰਨਜੀਤ ਸਿੰਘ ਚੰਨੀ ਨੂੰ ਖੜਾ ਕਰ ਦਿਓ, ਹਰਾਉਣ ਵਾਲਾ ਕੋਈ ਨੀ ਜੰਮਿਆ। ਉਹ ਬੰਦੇ ਜਿਨ੍ਹਾਂ ਨੇ ਆਪਣੇ ਆਪ ਨਾਲ ਅੱਗੇ, ਦੇਖੋ ਚੰਨੀ ਦੀ ਇੱਕ ਗੱਲ ਤਾਂ ਹੈ ਸੀ ਕਿ ਉਹਨਾਂ ਦੀ ਭਾਸ਼ਾ ਮੁੱਖ ਮੰਤਰੀ ਹੁੰਦਿਆਂ ਵੀ ਇੱਕ ਕਾਮਨਰ ਵਾਲੀ ਸੀ, ਭਗਵੰਤ ਮਾਨ ਤੋਂ ਜ਼ਿਆਦਾ ਕਾਮਨ ਸੀਗੇ ਚਰਨਜੀਤ ਸਿੰਘ ਚੰਨੀ, ਉਹ ਤਾਂ ਲਹਿਰ ਲੈ ਡੁੱਬੀ ਉਹਨਾਂ ਨੂੰ। ਇੰਦਰਪ੍ਰੀਤ ਜੀ ਅੱਗੇ ਚੱਲੀਏ, ਮੈਨੂੰ ਜ਼ਰੂਰ ਅਕਾਲੀ ਸਫਾਂ ਦੇ ਵਿੱਚੋਂ ਦੀ ਲੰਘ ਕੇ ਝਾਤੀ ਮਾਰ ਕੇ ਸਾਧ ਪਿਕਚਰ ਬਣਾ ਕੇ ਦਿਖਾਓ ਕਿ ਆਖਰ ਉੱਥੇ ਵੀ ਕੁਝ ਰੌਲੇ ਨੇ, ਉੱਥੇ ਵੀ ਕੱਲ ਮੁੱਖ ਮੰਤਰੀ ਕਾਫੀ ਖਫਾ ਸੀਗੇ, ਅਖੇ ਜੀ ਉਹਨਾਂ ਨੇ ਬਾਬੇ ਨਾਨਕ ਦੀ ਤੱਕੜੀ ਕਹਿਤਾ ਹੁਣ ਬੇਅਦਬੀ ਨਹੀਂ ਹੁੰਦੀ ਜੀ, ਤੁਸੀਂ ਬਾਬੇ ਨਾਨਕ ਦੀ ਤੱਕੜੀ ਨੂੰ ਅਕਾਲੀ ਦਲ ਦੀ ਤੱਕੜੀ ਨਾਲ ਤਸ਼ਬੀਹ ਦਿੱਤੀ ਹੈ ਤੇ ਹੁਣ ਦੱਸੋ ਜੀ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੀ ਕਰਦੇ? ਮੈਨੂੰ ਤੇਰਾ ਸਾਰੀ ਗੱਲ ਸਮਝਾਇਓ। ਪਟਨਾ ਸਾਹਿਬ ਦੇ ਵਿੱਚ ਇੱਕ ਰਿਪੋਰਟ ਹੋਈ ਹੈ ਕਿ ਉਹ ਅੱਜ ਅਕਾਲੀ ਨਜ਼ਰੀਏ ਤੋਂ ਕਾਫੀ ਲੋਕ ਨਹੀਂ ਗਏ, ਸ਼੍ਰੋਮਣੀ ਕਮੇਟੀ ਵੀ ਪਾਸੇ ਰਹੀ ਹੈ, ਸਿੰਘ ਸਰਬਾਨ ਵੀ ਨਹੀਂ ਗਏ ਪਹਿਲਾਂ ਜਾਂਦੇ ਰਹੇ ਆ, ਸੋ ਇਹ ਸਾਰੀਆਂ ਚੀਜ਼ਾਂ ਨਾਲ ਜ਼ਰਾ ਇੱਕ ਵਾਰੀ ਸਾਂਝ ਪਵਾਈ। ਬਿਲਕੁਲ ਠੀਕ ਹੈ, ਇਹ ਦੋ ਇਸ਼ੂਜ਼ ਹੈਗੇ ਆ ਰੰਧਾਵਾ ਸਾਹਿਬ। ਇੱਕ ਤਾਂ ਪਹਿਲਾ ਜਿਹੜਾ ਮਾਘੀ ਦੇ ਮੇਲੇ ਦੇ ਉੱਤੇ ਹਰਸਿਮਰਤ ਬਾਦਲ ਨੇ
ਬਾਬੇ ਨਾਨਕ ਦੀ ਤੱਕੜੀ ਤੇ ਜਿਹੜੀ ਅਕਾਲੀ ਦਲ ਦੀ ਤੱਕੜੀ ਹੈ ਉਹਨੂੰ ਇੱਕੋ ਹੀ ਕਿਹਾ, ਤੇ ਉਸ ਦੇ ਉੱਤੇ ਮੁੱਖ ਮੰਤਰੀ ਦਾ ਭੜਕਣਾ ਲਾਜ਼ਮੀ ਹੈ, ਕਿਉਂਕਿ ਉਹ ਇਸ ਕਰਕੇ ਕਿ ਜਦੋਂ ਵੀ ਉਹ ਮੁੱਖ ਮੰਤਰੀ ਕੁਛ ਏਦਾਂ ਦੀ ਗੱਲ ਕਰਦੇ ਆ ਤਾਂ SGPC ਹੋਏ ਚਾਹੇ ਅਕਾਲੀ ਦਲ ਹੋਵੇ, ਅਕਾਲੀ ਦਲ ਦੇ ਲੀਡਰਸ ਹੋਣ, ਇਹ ਸਾਰੇ ਦੇ ਸਾਰੇ ਇੱਕਦਮ ਬੰਬਾਰਟਮੈਂਟ ਕਰਦੇ ਆ ਫਿਰ ਮੁੱਖ ਮੰਤਰੀ ਦੇ ਉੱਤੇ, ਤੇ ਕਿ ਇਹਨੂੰ ਧਾਰਮਿਕ ਮਾਮਲਿਆਂ ਚ ਦਖਲ ਦੇਣ ਦੀ, ਧਾਰਮਿਕ ਮਾਮਲਿਆਂ ਦੇ ਬਾਰੇ ਪਤਾ ਨਹੀਂ ਹੈ ਇਸ ਕਰਕੇ ਦਖਲ ਨਾ ਦਿਆ ਕਰਨ। ਹੁਣ ਉਹਨਾਂ ਦੇ ਕੋਲੇ ਫਿਰ ਮੌਕਾ ਸੀਗਾ ਇਹ, ਤਾਂ ਫਿਰ ਉਹਨਾਂ ਨੇ ਵੀ SGPC ਦੇ ਪ੍ਰਧਾਨ ਨੂੰ ਖੜਾ ਕਰ ਲਿਆ ਕਟਕਰੇ ਚ ਵੀ, ਹੁਣ ਤੁਸੀਂ ਦੱਸੋ ਵੀ ਤੁਸੀਂ ਇਹਦੇ ਤੇ ਕੀ ਲਿੱਤਾ, ਕੀ ਤੁਸੀਂ ਇਹਦੇ ਕੋਈ ਐਕਸ਼ਨ ਲੈ ਰਹੇ ਹੋ। ਬੀਬੀ ਦਿੱਤਾ ਇਹ ਤੇ ਕੋਈ ਸ਼ੱਕ ਹੀ ਨਹੀਂ ਹੈ ਕਿ ਨਾ ਤਾਂ ਬੀਬੀ ਹਰਸਿਮਰਤ ਬਾਦਲ ਤੇ ਕੋਈ ਐਕਸ਼ਨ ਹੋਣਾ ਨਾ ਵਾਸਤਾ, ਤੇ ਉਹਨਾਂ ਦਾ ਸਵਾਲ ਲੇਕਿਨ ਉਹਨਾਂ ਨੇ ਜਿਹੜਾ ਇੱਕ ਸਫ਼ਾ ਚ ਖੜਾ ਕਰਤਾ ਉਹ ਤੰਗ ਜ਼ਰੂਰ ਕਰੂਗਾ ਅਕਾਲੀ ਦਲ ਨੂੰ ਕਿ ਹਾਂ ਵੀ ਤੁਸੀਂ ਆਵੇ ਬੋਲਦੇ ਹੋਏ ਆਵੇਗ ਚ ਚਾਹੇ ਗੱਲ ਕਹੀ ਹੋਵੇ, ਪਰ ਹੁਣ ਬੀਬੀ ਹਰਸਿਮਰਤ ਬਾਦਲ ਕੋਈ ਨਵੇਂ ਲੀਡਰ ਨਹੀਂ ਹੈ ਕਿ ਉਹਨਾਂ ਨੂੰ ਮਤਲਬ ਸ਼ਬਦਾਂ ਦਾ ਪਤਾ ਨਾ ਹੋਵੇ। ਮੈਨੂੰ ਲੱਗਦਾ ਕਿ ਹੁਣ ਤਾਂ ਬਹੁਤ ਪੁਰਾਣੇ ਕਾਗ ਲੀਡਰ ਹੋ ਗਏ ਆ, 3 ਵਾਰ ਤਾਂ MP ਬਣ ਚੁੱਕੇ, ਤਾਂ ਫਿਰ ਇੰਨਾ ਲੰਬਾ ਸਮਾਂ ਤਾਂ ਬਹੁਤ ਹੁੰਦਾ ਹੈ, ਔਰ ਉਹ ਤਾਂ ਅਕਾਲੀ ਦਲ ਦੇ ਪਰਿਵਾਰ ਚੋਂ ਹੀ ਨੇ, ਮਤਲਬ ਇਹ ਵੀ ਨਹੀਂ ਹੈ ਕਿ ਉਹ ਕਿਸੇ ਪਹਿਲਾਂ ਸਧਾਰਨ ਪਰਿਵਾਰ ਚੋਂ ਹੈ, ਤਾਂ ਉਹ ਅਕਾਲੀ ਦਲ ਦੇ ਪਰਿਵਾਰ ਚੋਂ ਹੀ ਆਏ ਹੋਏ ਹੈ, ਤਾਂ ਉਹ ਇਸ ਤਰ੍ਹਾਂ ਦੇ ਸ਼ਬਦਾਂ ਦੇ ਉੱਤੇ ਕਿਵੇਂ ਗਲਤੀ ਖਾ ਗਏ, ਇਹ ਠੀਕ ਨਹੀਂ। ਇਹ ਜੇ ਉਹ ਖਾਣਗੇ ਤਾਂ ਫਿਰ ਜੇ ਕੋਈ ਦੂਸਰਾ ਖਾਂਦਾ ਤਾਂ ਫਿਰ ਤੁਸੀਂ ਮਤਲਬ ਉਹਨੂੰ ਕੁਛ ਕਹਿ ਨਹੀਂ ਸਕਦੇ। ਮਤਲਬ ਇਹ ਮੁੱਖ ਮੰਤਰੀ ਨੇ ਕੱਲ ਇੱਕ ਸੰਦੇਸ਼ ਚਾ ਦਿੱਤਾ ਹੈਗਾ। ਦੂਸਰੀ ਗੱਲ ਪਟਨਾ ਸਾਹਿਬ ਵਾਲੀ, ਪਟਨਾ ਸਾਹਿਬ ਦੇਖੋ ਹਰ ਸਾਲ ਵੱਡੇ ਸਮਾਗਮ ਹੁੰਦੇ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਉੱਤੇ, ਇਹ ਪਹਿਲੀ ਵਾਰ ਹੈ ਕਿ ਕੋਈ ਨਹੀਂ ਗਿਆ, ਨਾ ਸਿੰਘ ਸਾਹਿਬ ਗਏ ਨੇ, ਨਾ SGPC ਦੇ ਕੋਈ ਨੁਮਾਇੰਦੇ ਗਏ ਨੇ, ਬਲਕਿ ਐਤਕੀ ਇੱਕ ਹੋਰ ਮਤਲਬ ਜਿਹਨੂੰ ਆਪਾਂ ਕਹਿੰਦੇ ਵੀ ਪਹਿਲਾਂ ਫੋਕਸ ਉੱਥੇ ਰਹਿੰਦਾ ਸੀ, ਐਤਕੀ ਫੋਕਸ ਆਨੰਦਪੁਰ ਸਾਹਿਬ ਤੋਂ ਤਲਵੰਡੀ ਸਾਬੋ ਇੱਕ ਜਿਹੜਾ ਨਗਰ ਕੀਰਤਨ ਕੱਢਿਆ ਗਿਆ ਸੀਗਾ ਉਹਦੇ ਵਿੱਚ ਇੱਕ ਨਵਾਂ ਮਤਲਬ ਬਣਾ ਲਿਆ, ਪਹਿਲਾਂ ਨਹੀਂ ਸੀ ਕਦੇ ਏਦਾਂ ਦਾ ਹੋਇਆ। ਤਲਵੰਡੀ ਸਾਬੋ ਹਮੇਸ਼ਾ ਵਿਸਾਖੀ ਦੇ ਉੱਤੇ ਲੱਗਦਾ ਹੈ, ਜਦੋਂ ਮਤਲਬ ਕਿ ਵਿਸਾਖੀ ਦਾ ਮੇਲਾ ਹੁੰਦਾ ਉਸ ਤੋਂ ਹੀ ਵੱਡਾ ਸਮਾਗਮ ਹੁੰਦਾ ਹੈ। ਇਸ ਤੋਂ ਪਹਿਲਾਂ ਕਦੀ ਵੱਡਾ ਸਮਾਗਮ ਇਹਨਾਂ ਮੌਕਿਆਂ ਤੇ ਨਹੀਂ ਹੋਇਆ, ਇਸ ਵਾਰੀ ਜ਼ਰੂਰ ਬਣਾਇਆ ਗਿਆ। ਹੁਣ ਇਹ ਕੀ ਇਲੈਕਸ਼ਨ ਕਰਕੇ ਹੈ ਜਾਂ ਇਹਦਾ ਕੋਈ ਪਰਪਸ ਹੋਰ ਹੈ, ਇਹ ਅਜੇ ਤੱਕ ਕਲੈਰਿਟੀ ਨਹੀਂ ਆ ਪਾਈ ਹੈ, ਪਰ ਇਹ ਹੈ ਕਿ ਉੱਥੇ ਜ਼ਰੂਰ ਇਸ ਗੱਲ ਦੀ ਚਿੰਤਾ ਹੈਗੀ ਹੈ। ਪਟਨਾ ਸਾਹਿਬ ਵੀ ਉਹਨਾਂ ਨੇ ਕਿਹਾ ਵੀ ਜਿਹੜੇ ਉੱਥੇ ਦੇ ਲੋਕ ਹੈਗੇ ਆ ਵੀ ਇਸ ਵਾਰੀ ਇੱਥੇ ਸਮਾਗਮ ਜਿਹੜਾ ਇਹਦੇ ਵਿੱਚ SGPC ਨੇ ਸ਼ਿਰਕਤ ਨਹੀਂ ਕੀਤੀ। ਸਾਡੇ ਦਲਜੋਤ ਸਿੰਘ ਉੱਥੋਂ ਦੇ ਪ੍ਰਬੰਧਕੀ ਹੈਗੇ ਆ, ਪਰ ਉਹਨਾਂ ਨੇ ਕੀਤਾ ਇਹਨਾਂ ਗੱਲਾਂ ਦਾ ਕਿ ਅਸੀਂ ਮਾਮਲਾ ਉਠਾਵਾਂਗੇ, ਅਸੀਂ ਤਾਂ ਰਸਮੀ ਸੱਦਾ ਪੱਤਰ ਭੇਜਿਆ ਸੀਗਾ। ਇਹ ਇੱਕ ਰਿਪੋਰਟ ਦੇ ਆਧਾਰ ਤੇ ਅਸੀਂ ਗੱਲ ਕਰ ਰਹੇ ਹਾਂ, ਵਿਅਕਤੀਗਤ ਤੌਰ ਤੇ ਸਾਡੀ ਕਿਸੇ ਨਾਲ ਗੱਲ ਨਹੀਂ ਹੋਈ, ਜੇ ਕੋਈ ਤੱਥ ਆਪਣਾ ਗਲਤ ਹੋਵੇ ਤਾਂ ਉਹਦੇ ਲਈ ਮਾਜ਼ਰਤ। ਪਰ ਮੈਂ ਇਹਦੇ ਵਿੱਚ ਜਥੇਦਾਰ ਕੌਂਕੇ ਵਾਲਾ ਮਾਮਲਾ ਪੰਥਕ ਜਿਹੜੇ ਧਿਰਾਂ ਨੇ ਉਹਨਾਂ ਵੱਲੋਂ ਇਹਨੂੰ ਕਾਫੀ ਪੁਖਤਗੀ ਨਾਲ ਉਠਾਇਆ ਜਾ ਰਿਹਾ। ਕੱਲ ਵੀ ਕਾਫੀ ਸਰਗਰਮੀ ਸੀਗੀ, 11 ਮੈਂਬਰੀ ਕਮੇਟੀ ਦਾ ਜ਼ਿਕਰ ਹੋ ਗਿਆ, ਔਰ ਇੰਦਰਪ੍ਰੀਤ ਜੀ ਇਸੇ ਤਰ੍ਹਾਂ ਉਹਨਾਂ ਨੇ ਫਰਵਰੀ ਮਹੀਨੇ ਦੇ ਵਿੱਚ ਜਲੰਧਰ ਚ ਇੱਕ ਮਾਰਚ ਕੀਤਾ, ਹੈਨਾ, ਮੈਨੂੰ ਮੈਨੂੰ ਲੱਗਦਾ 10 ਫਰਵਰੀ ਨੂੰ ਰੱਖਿਆ ਨਾ ਉਹਨਾਂ ਨੇ ਸਮਾਗਮ 10 ਫਰਵਰੀ ਨੂੰ, ਔਰ ਇਹ ਕਾਫੀ ਮੁਸ਼ਕਿਲ ਹੈ ਅਕਾਲੀ ਦਲ ਦਾ ਸਟੈਂਡ, ਭਾਵੇਂ ਉਹਨਾਂ ਨੇ ਜਥੇਦਾਰ ਕੌਂਕੇ ਦੇ ਪਰਿਵਾਰ ਨੂੰ ਲੈ ਕੇ FIR ਦਾਖਲ ਕਰਵਾਉਣ ਦੀ ਗੱਲ ਕੀਤੀ, ਦਰਖਾਸਤ ਦਿੱਤੀ ਹੈ, ਉਹਦੇ ਉੱਤੇ ਵੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਰਬਜੀਤ ਸਿੰਘ ਵੇਰਕਾ ਐਡਵੋਕੇਟ ਨੇ ਪ੍ਰਸ਼ਨ ਉਠਾਏ ਨੇ ਕਿ ਉਹਦੇ ਵਿੱਚ ਤੱਥ ਗਲਤ ਦਿੱਤੇ ਗਏ ਨੇ, ਜਿਹੜੇ ਪਹਿਲਾਂ ਵੱਖ ਵੱਖ ਮੌਕਿਆਂ ਤੇ ਜਥੇਦਾਰ ਮਰਹੂਮ ਜਥੇਦਾਰ ਦੇ ਧਰਮ ਸਪਤਨੀ ਬੀਬੀ ਗੁਰਮੇਲ ਕੌਰ ਬਿਆਨ ਦਿੰਦੇ ਰਹੇ, TV ਡਿਬੇਟਸ ਜਾਂਦੇ ਰਹੇ, ਸਟੇਟਮੈਂਟਾਂ ਦਿੱਤੀਆਂ ਨੇ, ਇਸ ਵਾਰੀ ਜਿਹੜੀ ਦਰਖਾਸਤ ਹੈ ਉਹਦੇ ਵਿੱਚ ਕੁਛ ਤੱਥ ਕੁਛ ਤਰੀਕਾਂ ਗਲਤ ਨੇ, ਉਹਨਾਂ ਨੇ ਇਹ ਮਾਮਲਾ ਉਠਾਇਆ। ਪਰ ਮੈਂ ਤੁਹਾਡੇ ਤੋਂ ਇਹ ਪੰਥਕ ਸਫਾ ਚ ਵਿਚਰ ਦੇ ਮਾਮਲੇ ਪੁੱਛਣਾ ਚਾਹੁੰਦਾ। ਰੰਧਾਵਾ ਸਾਹਿਬ, ਦੇਖੋ ਇਹ ਇਸ਼ੂ ਮਤਲਬ ਜਥੇਦਾਰ ਕੌਂਕੇ ਦਾ ਦੀ ਜਿਹੜੀ ਹੱਤਿਆ, ਇੱਕ ਤਾਂ ਮੈਂ ਤੈਨੂੰ ਹੱਤਿਆ ਹੀ ਕਹੂੰਗਾ, ਉਹ ਤਾਂ ਮਾਮਲਾ ਦੁਬਾਰਾ ਬਾਹਰ ਆ ਗਿਆ,
ਔਰ ਇਸ ਤੇ ਹੁਣ ਇੱਕ ਸਮਾਗਮ ਰੱਖਿਆ ਜਿਹੜਾ ਮੈਂ ਕਿਹਾ ਕਿ 10 ਫਰਵਰੀ ਨੂੰ ਸਮਾਗਮ ਹੋਏਗਾ, ਉਸ ਤੋਂ ਉਸਦੇ ਤਾਲਮੇਲ ਲਈ ਸਾਰੇ ਵੱਖ ਵੱਖ ਜਿੰਨੇ ਵਰਗ ਹੈਗੇ ਨੇ ਉਹਨਾਂ ਦੇ ਤਾਲਮੇਲ ਲਈ ਇੱਕ 11 ਮੈਂਬਰੀ ਕਮੇਟੀ ਦਾ ਵੀ ਗਠਨ ਕਰਤਾ। ਪਿੱਛੇ ਦਿਨਾਂ ਚ ਇੱਕ ਸਾਬਕਾ ਚੀਫ ਸੈਕਟਰੀ ਸਾਹਿਬ ਆਰ ਆਈ ਸਿੰਘ ਹੈਗੇ ਆ, ਉਹਨਾਂ ਦੀ ਪੰਜਾਬ ਕਿਤਾਬ ਦਾ ਪੰਜਾਬੀ ਵਰਜ਼ਨ ਇੱਕ ਰਿਲੀਜ਼ ਹੋਇਆ ਸੀ ਇੱਥੇ, ਉਸ ਚ ਵੀ ਇਹ ਮਾਮਲਾ ਆਇਆ ਸੀ, ਉਦੋਂ ਵੀ ਉਹਨਾਂ ਨਾਲ ਇਹ ਗੱਲ ਹੋਈ ਸੀ। ਉਹ ਸੀਗਾ ਪੰਜਾਬ ਦੁਖਾਂਤ ਪੰਜਾਬ ਦਾ, ਉਹਨਾਂ ਦੀ ਬੁੱਕ ਦਾ ਨਾਂ ਹੈ। ਤੇ ਉਹਨਾਂ ਨੇ ਕਿਉਂਕਿ ਉਸ ਟਾਈਮ ਉੱਥੇ ਸੀਗੇ, ਉਹਨਾਂ ਦਾ ਜਥੇਦਾਰ ਕੌਂਕੇ ਨਾਲ ਕਾਫੀ ਵਾਹ ਵੀ ਪੈਂਦਾ ਰਿਹਾ ਐਸ ਡੀ ਸੀ ਜਦੋਂ ਅੰਮ੍ਰਿਤਸਰ ਸੀਗੇ, ਤਾਂ ਉਹਨਾਂ ਨੇ ਉਹਨਾਂ ਬਾਰੇ ਕਾਫੀ ਗੱਲਾਂ ਵਿੱਚ ਦੱਸੀਆਂ ਨੇ। ਪਰ ਉਹਨਾਂ ਨੇ ਜਿਹੜੀ ਇੱਕ ਗੱਲ ਕੀਤੀ ਅੱਗੇ ਵਧਾਉਂਦੇ ਹੋਏ, ਇਸ ਇਸ਼ੂ ਨੂੰ ਅੱਗੇ ਵਧਾਉਂਦੇ ਹੋਏ ਜਿਹੜੀ ਗੱਲ ਕੀਤੀ, ਉਹ ਬੜੀ ਇੰਪੋਰਟੈਂਟ ਸੀ। ਉਹ ਸੀ ਕਿ ਉਦੋਂ ਵੀ ਅਕਾਲੀ ਦਲ ਨੇ ਇਹ ਗੱਲ ਕੀਤੀ ਸੀ ਜਥੇਦਾਰ ਕੌਂਕੇ ਦੀ ਜਦੋਂ ਹੱਤਿਆ ਹੋਈ, ਤੇ ਉਸ ਤੋਂ ਬਾਅਦ ਇਹ ਗੱਲ ਕੀਤੀ ਅਕਾਲੀ ਦਲ ਨੇ ਆਪਣੇ ਮੈਨੀਫੈਸਟੋ ਚ ਵੀ ਰੱਖਿਆ ਕਿ ਅਸੀਂ ਇੱਕ ਟਰੁੱਥ ਐਂਡ ਰੀਕਨਸੀਲੇਸ਼ਨ ਕਮਿਸ਼ਨ ਕਾਇਮ ਕਰਾਂਗੇ ਤਾਂ ਕਿ ਇਹ ਸਾਰੇ ਮਾਮਲੇ ਜਿਹੜੇ ਨੇ ਉਹ ਬਾਹਰ ਆ ਸਕਣ ਤੇ ਸੱਚ ਬਾਹਰ ਆ ਸਕੇ ਕਿ ਇਹ ਸੱਚ ਕੀ ਹੈ। ਉਦੋਂ ਵੀ ਇਹ ਗੱਲ ਕੀਤੀ ਗਈ ਤੇ ਆਰ ਆਈ ਸਿੰਘ ਨੇ ਵੀ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਅੱਜ ਵੀ ਇਸ ਕਮਿਸ਼ਨ ਦੀ ਲੋੜ ਹੈ, ਕਿਉਂਕਿ ਇਹ ਜਥੇਦਾਰ ਕੌਂਕੇ ਦਾ ਇਕੱਲਾ ਮਾਮਲਾ ਨਹੀਂ ਹੈ। ਜਥੇਦਾਰ ਕੌਂਕੇ ਕਿਉਂਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ ਨੇ, ਇਸ ਕਰਕੇ ਉਹ ਜਦ ਮਤਲਬ ਵੱਡਾ ਹੋ ਗਿਆ। ਲੇਕਿਨ ਤੁਸੀਂ ਦੇਖੋ ਇਸ ਤਰ੍ਹਾਂ ਨੇ ਤਾਂ ਹਜ਼ਾਰਾਂ ਮਾਮਲੇ ਨੇ ਜਿਹੜੇ ਪੁਲਿਸ ਨੇ ਮਤਲਬ ਮਾਰੇ ਨੇ ਬੱਚੇ ਤੇ ਕਹਿ ਕੇ ਕਿ ਅਣਪਛਾਤੇ ਨੇ, ਕੋਈ ਕਿਸੇ ਨੂੰ ਅੱਤਵਾਦੀ ਕਹਿ ਕੇ ਮਾਰਤਾ ਕਿਸੇ ਨੂੰ, ਕਿ ਉਹ ਹਜੇ ਵੀ ਸੱਚ ਛੁਪੇ ਹੋਏ ਨੇ, ਉਹ ਕਦੋਂ ਬਾਹਰ ਆਣਗੇ? ਤਾਂ ਅਕਾਲੀ ਦਲ ਇੱਥੇ ਬਹੁਤ ਫਸਿਆ ਹੋਇਆ। ਉਹੀ ਅਕਾਲੀ ਦਲ ਜਿਹੜਾ ਰੀਕਨਸੀਲੇਸ਼ਨ ਦੀ ਗੱਲ ਕਰ ਰਿਹਾ ਸੀ, ਟਰੁੱਥ ਕਮਿਸ਼ਨ ਬਣਾਉਣ ਦੀ ਗੱਲ ਕਰ ਰਿਹਾ ਸੀਗਾ, ਸੱਤਾ ਚ ਆਉਂਦੇ ਸਾਰ ਹੀ ਚੁੱਪ ਹੋ ਗਏ ਸਾਰੇ, ਕਦੇ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਇਸ ਬਾਰੇ ਕਿ ਹਾਂ ਇਹਦੀ ਲੋੜ ਹੈ ਕਿ ਨਹੀਂ ਹੈ। ਕਿੰਨੇ ਕੁ ਕੇਸ ਅਸੀਂ ਇਸ ਤਰ੍ਹਾਂ ਮਤਲਬ ਇੱਕ ਇੱਕ ਕਰਕੇ ਮਤਲਬ ਲੱਭਦੇ ਰਵਾਂਗੇ? ਕਿਉਂ ਨਹੀਂ ਇਸ ਅੱਜ ਕੀ ਲੋੜ ਨਹੀਂ ਕਿ ਦੁਬਾਰਾ ਟਰੁੱਥ ਕਮਿਸ਼ਨ ਬਣਾਇਆ ਜਾਏ ਤੇ ਇਹ ਸਾਰੇ ਦੇ ਸਾਰੇ ਕੇਸ ਜਿਹੜੇ ਨੇ ਸਾਡੇ ਸਾਹਮਣੇ ਸਭ ਲਿਆਤੇ ਜਾਣ ਸੱਚ, ਤੇ ਜਿਹੜੇ ਪੁਲਿਸ ਅਧਿਕਾਰੀ ਜਿਹੜੇ ਵੀ ਦੋਸ਼ੀ ਹੈਗੇ ਨੇ ਉਹਨਾਂ ਨੂੰ ਸਜਾਵਾਂ ਦਿੱਤੀਆਂ ਜਾਣ? ਮੈਨੂੰ ਤਾਂ ਲੱਗਦਾ ਕਿ ਬਹੁਤੇ ਤਾਂ ਇਹਨਾਂ ਪੁਲਿਸ ਅਧਿਕਾਰੀ ਵੀ ਅੱਜ ਕੱਲ੍ਹ ਰਹੇ ਨਹੀਂ ਹੋਣੇ ਕਿਉਂਕਿ ਇਹ ਮਾਮਲੇ ਇੰਨੇ ਪੁਰਾਣੇ ਹੋ ਚੁੱਕੇ ਆ, ਪਰ ਸੱਚ ਤਾਂ ਹਜੇ ਵੀ ਬਾਹਰ ਨਹੀਂ ਆਇਆ ਨਾ। ਕਦੇ ਨਾ ਕਦੇ ਇਸ ਤਰ੍ਹਾਂ ਦਾ ਕੋਈ ਨਾ ਕੋਈ ਕੇਸ ਆਉਂਦਾ ਹੀ ਰਹਿੰਦਾ, ਚਾਹੇ ਉਹ ਜਥੇਦਾਰ ਕੌਂਕੇ ਦਾ ਆਇਆ ਹੋਵੇ। ਇਸ ਤੋਂ ਪਹਿਲਾਂ ਵੀ ਦੋ ਤਿੰਨ ਆਪਾਂ ਵਾਰੀ ਗੱਲ ਕਰ ਚੁੱਕੇ ਹਾਂ ਵੀ ਇਸ ਤਰ੍ਹਾਂ ਦੇ ਕੇਸ ਜਿਹੜੇ ਆਏ ਨੇ ਉਹ ਕਿਸ ਮਤਲਬ ਉਹਦੇ ਸੱਚ ਤੋਂ ਪਰਦਾ ਕਦੋਂ ਉੱਠੇਗਾ ਜਦ ਤੱਕ ਕਿ ਇਸ ਤਰ੍ਹਾਂ ਦੀ ਕੋਈ ਕਵਾਇਦ ਨਹੀਂ ਹੁੰਦੀ। ਹਾਂ, ਜਿਹੜੀ ਮੰਗ ਹੈ ਉਹ ਵੀ ਇੱਕ ਬੜੇ ਖਤਰਨਾਕ ਦਿਸ਼ਾ ਚ ਵੱਧਦੀ ਹੈ ਕਿ ਤੁਸੀਂ ਖੱਖਰੇ ਕੌਮ ਦਾ ਸਨਮਾਨ ਖਿਤਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮਨਹੂਮ ਤੋਂ ਵਾਪਸ ਲਓ, ਅਕਾਲ ਤਖ਼ਤ ਸਾਹਿਬ ਤੋਂ ਮੰਗ ਕੀਤੀ ਜਾਂਦੀ ਹੈ। ਔਰ ਨਾਲ ਕਿਹਾ ਜਾਂਦਾ ਕਿ ਜਿਹੜੇ ਜਿਹੜੇ ਲੋਕ ਪਾਵਰ ਚ ਰਹੇ ਔਰ ਉਹਨਾਂ ਨੇ ਦਾਅਵੇ ਕਰਕੇ ਉਹ ਦਾਅਵੇ ਵਾਅਦੇ ਪੂਰੇ ਨਹੀਂ ਕੀਤੇ ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਜਾਵੇ, ਉਹਨਾਂ ਨੂੰ ਧਾਰਮਿਕ ਸਜ਼ਾ ਲਾਈਆਂ ਜਾਣ। ਇਹ ਕਾਫੀ ਸਵਾਲ ਔਖੇ ਨੇ, ਕੈਪਟਨ ਅਮਰਿੰਦਰ ਸਿੰਘ ਹੋਣ, ਸੁਖਬੀਰ ਸਿੰਘ ਬਾਦਲ ਹੋਣ, ਇਹੀ ਲੋਕ ਵੱਖ ਵੱਖ ਮੌਕਿਆਂ ਤੇ ਸੱਤਾ ਚ ਰਹੇ ਨੇ। ਭਾਸਕਰ ਸਾਹਿਬ, ਜਾਂਦੇ ਜਾਂਦੇ ਕਿਸੇ ਵੀ ਜਿਹੜੀ ਗੱਲ ਰਹਿ ਗਈ ਹੋਵੇ ਕਰਨ ਵਾਲੀ ਕਿਸੇ ਵੀ ਮਾਮਲੇ ਚ, ਉਹਦੇ ਤੇ ਤੁਸੀਂ ਇੱਕ ਮਿੰਟ ਲਈ ਫਿਰ ਅਸੀਂ ਭਰਾਵਾਂ। ਜਿਹੜੀ ਗੱਲ ਰਹਿ ਗਈ ਹੈ ਉਹਦੇ ਵਿੱਚ ਖਹਿਰਾ ਸਾਹਿਬ ਨੂੰ ਕੱਲ੍ਹ ਸੁਪਰੀਮ ਕੋਰਟ ਤੋਂ ਇੱਕ ਵਾਰ ਫਿਰ ਰਿਲੀਫ ਮਿਲ ਗਿਆ। ਕਾਰਨ ਕਿ ਜਿਹੜੀ ਪਟੀਸ਼ਨ ਪਾਈ ਸੀਗੀ ਸਰਕਾਰ ਨੇ, ਉਸ ਬੇਲ ਜਿਹੜੀ ਉਹਨਾਂ ਨੂੰ 4 ਜਨਵਰੀ ਨੂੰ ਮਿਲੀ ਸੀਗੀ NDPS ਕੇਸ ਦੇ ਵਿੱਚ, ਉਹਨੂੰ ਸੁਪਰੀਮ ਕੋਰਟ ਨੇ ਖਾਰਿਜ ਕਰਤਾ। ਸਿਧਾਰਥ ਲੂਥਰਾ ਬੜੇ ਵੱਡੇ ਸੀਨੀਅਰ ਵਕੀਲ ਨੇ, ਔਰ ਖਹਿਰਾ ਉਹਨਾਂ ਦਾ ਕਹਿਣਾ 5 ਕਰੋੜ ਰੁਪਏ ਦੀ ਫੀਸ ਵੀ ਦਿੱਤੀ ਗਈ, ਔਰ ਉਸ ਫੀਸ ਦੇ ਉੱਤੇ ਵੀ ਸਵਾਲ ਕੱਲ੍ਹ ਖਹਿਰਾ ਸਾਹਿਬ ਨੇ ਵੀ ਖੜੇ ਕੀਤੇ ਨੇ। ਨਾਲ ਬਾਜਵਾ ਸਾਹਿਬ ਨੇ ਵੀ ਕਿਹਾ ਕਿ ਇਹ ਜਿਹੜੇ ਪੈਸੇ ਖਰਚੇ ਜਾ ਰਹੇ ਨੇ ਉਹ ਪੈਸੇ ਦੀ ਬਿੱਲ ਹੁਣ ਭਗਵੰਤ ਮਾਨ ਉਹਨਾਂ ਖੁਦ ਦੇਣਗੇ। ਯਾਨੀ ਇਹ ਸਾਰੀ ਗੱਲਾਂ ਅੱਗੇ ਵੱਧ ਰਹੀ ਹੈ, ਪਰ ਨੈਸ਼ਨਲ ਪੋਲੀਟਿਕਸ ਦੇ ਵਿੱਚ ਕੁਛ ਗੱਲਾਂ ਨਵੀਆਂ ਜ਼ਰੂਰ ਹੋਈਆਂ।
ਨਿਤੀਸ਼ ਕੁਮਾਰ ਉਹਨਾਂ ਨੇ ਬਿਹਾਰ ਦੇ ਆਪਣੇ ਸਾਰੇ ਐਮਐਲਏਆਂ ਨੂੰ ਪਟਨਾ ਸਾਹਿਬ ਬੁਲਾ ਰਿਹਾ, ਕੋਈ ਵੱਡਾ ਐਕਸ਼ਨ, ਕੋਈ ਵੱਡੀ ਗੱਲ ਕਰਨ ਵਾਲੇ ਆ, ਇਹਦਾ ਵੀ ਖੁਲਾਸਾ ਅੱਜ ਕੱਲ੍ਹ 'ਚ ਹੋਣ ਦੀ ਉਮੀਦ ਹੈਗੀ ਹੈ। ਰਾਮਨਾਥ ਕੋਵਿੰਦ ਜਿਹੜੇ ਉਸ ਪੈਨਲ ਦੇ ਹੈੱਡ ਨੇ ਵਨ ਨੇਸ਼ਨ ਵਨ ਪੋਲ ਦੇ, ਉਹ ਦੋ ਚੀਫ ਐਕਸ ਚੀਫ ਜਸਟਿਸ ਔਰ ਦੋ ਐਕਸ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਮਿਲੇ ਨੇ, ਉਹ ਆਪਣੇ ਪੈਨਲ ਦੀ ਉਹ ਕਾਰਵਾਈ ਨੂੰ ਅੱਗੇ ਵਧਾ ਰਹੇ ਨੇ। ਔਰ ਜਿੱਥੇ ਤੱਕ ਗਈ ਗੱਲ ਕਰੀਏ ਮਹੁਆ ਮੋਹਿਤਰਾ ਦੀ, ਤੇ ਉਹਨਾਂ ਨੂੰ ਘਰ ਖਾਲੀ ਕਰਾਉਣ ਦੇ ਵਾਸਤੇ ਜਿਸ ਤਰੀਕੇ ਨਾਲ ਸਰਕਾਰ ਨੇ ਨੋਟਿਸ ਭੇਜਿਆ ਸੀ, ਉਹਨਾਂ ਨੇ ਹਾਈਕੋਰਟ ਦਾ ਦਰਵਾਜ਼ਾ ਖਟਖਟਾਇਆ ਸੀ, ਉੱਥੋਂ ਕੋਈ ਰਾਹਤ ਨਹੀਂ ਮਿਲੀ, ਤੇ ਹੁਣ ਉਹਨਾਂ ਨੂੰ ਆਪਣਾ ਘਰ ਦਿੱਲੀ ਵਾਲਾ ਖਾਲੀ ਕਰਨਾ ਹੀ ਪਏਗਾ। ਔਰ ਜਿੱਥੇ ਤੱਕ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਉਹਨਾਂ ਦੀ ਗੱਲ ਹੈਗੀ ਹੈ, ਉਹ ਪ੍ਰਾਣ ਪ੍ਰਤਿਸ਼ਠਾ ਦੇ ਜਿਹੜਾ ਕਾਰਜਕ੍ਰਮ ਹੈਗਾ 21 ਤਰੀਕ ਨੂੰ, ਉਸ ਤੋਂ ਪਹਿਲੇ ਤਕਰੀਬਨ ਦੇਸ਼ ਦੇ ਬੜੇ ਸਾਰੇ ਮੰਦਰਾਂ ਦੇ ਵਿੱਚ ਉਹ ਦਰਸ਼ਨ ਵਾਸਤੇ ਜਾ ਰਹੇ ਨੇ, ਤੇ 21 ਤਰੀਕ ਦਾ ਕਾਰਜਕ੍ਰਮ ਬੜਾ ਇੱਕ ਵਧੀਆ ਤਰੀਕੇ ਨਾਲ ਹੋਏ, ਇਹਦੀ ਤਿਆਰੀ ਦੇ ਵਿੱਚ ਵੀ ਬੀਜੇਪੀ ਜਿੱਤੀ ਹੋਈ ਹੈ। ਔਰ ਖਾਸ ਕਰਕੇ ਬੀਜੇਪੀ ਦੀ ਹੀ ਗੱਲ ਕਰੀਏ ਤੇ ਫਰਵਰੀ ਦੇ ਪਹਿਲੇ ਹਫ਼ਤੇ ਦੇ ਵਿੱਚ ਉਹਨਾਂ ਨੇ ਇੱਕ 7 ਲੱਖ ਪਿੰਡਾਂ ਦਾ ਦੌਰਾ ਕਰਨ ਦਾ ਵਾਅਦਾ ਕੀਤਾ ਹੈ, ਜਿਹਦੇ ਵਿੱਚ ਕੇਂਦਰ ਦੀ ਡਿਫਰੈਂਟ ਜਿਹੜੀ ਸਕੀਮਸ ਹੈਗੀਆਂ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਗੱਲ ਕੀਤੀ ਹੈ। ਔਰ ਇੰਡੀਆ ਗਠਬੰਧਨ ਦੀ ਅੰਤਿਮ ਦੌਰ ਦੀ ਮੀਟਿੰਗ ਹੁਣੇ ਸਮਾਜਵਾਦੀ ਪਾਰਟੀ ਨਾਲ ਪਰਸੋਂ ਉਹਨਾਂ ਦੀ ਮੀਟਿੰਗ ਹੋਈ ਹੈ ਸੀਟ ਸ਼ੇਅਰਿੰਗ ਦੇ ਮੁੱਦੇ ਦੇ ਉੱਤੇ, ਉਹਦੇ ਵਿੱਚੋਂ ਕੋਈ ਸਿੱਟਾ ਨਿਕਲਿਆ ਕਿ ਨਹੀਂ ਨਿਕਲਿਆ। ਕਿਹਾ ਜਾਂਦਾ ਹੈ ਕਿ ਇੱਕ ਵਕਤ ਦੇ ਵਿੱਚ ਤਕਰੀਬਨ ਇੱਦਾਂ ਦੀ ਸਾਰੀ ਸੀਟ ਸ਼ੇਅਰਿੰਗ ਦਾ ਫਾਰਮੂਲਾ ਔਰ ਸੀਟ ਸ਼ੇਅਰਿੰਗ ਦੀ ਗੱਲਬਾਤ ਜਿੱਥੇ ਤੱਕ ਵੀ ਪਹੁੰਚੀ ਹੋਏਗੀ, 2-4 ਦਿਨਾਂ ਦੇ ਵਿੱਚ ਇੱਦਾਂ ਦੀ ਕੋਈ ਪ੍ਰੈਸ ਕਾਨਫਰੰਸ ਹੋਣ ਦੀ ਵੀ ਉਮੀਦ ਹੈਗੀ ਹੈ। ਪ੍ਰਧਾਨ ਮੰਤਰੀ ਅਗਲੀ ਇਲੈਕਸ਼ਨ ਕੰਪੇਨ ਦੌਰਾਨ 150 ਤੋਂ ਵੱਧ ਜਗ੍ਹਾ ਦੇ ਉੱਤੇ ਪ੍ਰਚਾਰ ਕਰਨਗੇ, ਇੱਕ ਖਬਰ ਇਹ ਵੀ ਆ ਰਹੀ ਸੀ ਬੀਜੇਪੀ ਵੱਲੋਂ, ਪਲਾਨ ਕੀਤਾ ਜਾ ਰਿਹਾ ਕਿ ਉਹਨਾਂ ਦੇ ਸਭ ਤੋਂ ਵੱਡੇ ਆਗੂ ਸਭ ਤੋਂ ਜ਼ਿਆਦਾ ਥਾਵਾਂ ਤੇ ਜਾਣਗੇ, ਤਾਂ ਮਤਲਬ ਸਭ ਤੋਂ ਵੱਧ ਵਿਅਸਤ ਰਹਿਣਗੇ। ਇਹ ਬਹੁਤ ਅਹਿਮ ਚੋਣ ਹੋਣ ਜਾ ਰਹੀ ਹੈ, ਬਹੁਤ ਸਾਰੀਆਂ ਪਾਰਟੀਆਂ ਉਹਦੇ ਆਗੂਆਂ ਦਾ ਫੈਸਲਾ ਇੱਥੋਂ ਹੋ ਜਾਣਾ, ਉਸ ਤੋਂ ਬਾਅਦ ਇੱਕ ਨਵੀਂ ਤਰ੍ਹਾਂ ਦੀ ਪੋਲਿਟਿਕਸ ਦੀ ਉਮੀਦ ਕੀਤੀ ਜਾਂਦੀ ਹੈ ਕਿ ਨਵੀਂ ਦਿਸ਼ਾ ਚ ਨਵੀਆਂ ਧਾਰਾਵਾਂ ਬਹਿਣਗੀਆਂ। ਤੇ ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ ਜੀ।